ਕਿੰਨਾ ਕੁ ਜਾਣਕਾਰੀ ਇਸ ਬਾਰੇ ਰੱਖਦੇ ਹੋ ਕਿ ਪਹਿਲਾਂ ਵੀ ਖਬਰਾਂ ਨਸ਼ਰ ਕੀਤੀਆਂ ਗਈਆਂ, ਕਾਫੀ ਮੰਗ ਪੱਤਰ ਦਿੱਤੇ ਗਏ, ਤੁਸੀਂ ਕੀ ਕਹੋ? ਉਸ ਤੋਂ ਬਾਅਦ ਇਹ ਵੀ ਸੁਣਨ ਨੂੰ ਮਿਲਿਆ ਕਿ ਉਹਨਾਂ ਦੇ ਨਾਲ ਥਾਣੇ ਦੇ ਵਿੱਚ ਕੁੱਟਮਾਰ ਵੀ ਹੋਈ, ਅਲਫ ਨੰਗੇ ਕਰਕੇ ਉਹਨਾਂ ਨੂੰ ਕੁੱਟਿਆ ਗਿਆ, ਅਤੇ ਕਿੰਨੀ ਕਰੂਰਤਾ ਅੰਦਰ ਭਰੀ ਹੋਈ ਹੈ ਦੇਖਣ ਵਾਲੀ ਗੱਲ। PTC 'ਤੇ ਵੀ ਜਿਹੜੀਆਂ ਲਾਈਵ ਗੁਰਬਾਣੀ ਪ੍ਰਸਾਰਿਤ ਕੀਤੀ ਜਾਂਦੀ ਅਤੇ ਬਾਦਲਾਂ ਵੱਲੋਂ ਵੀ ਜਿਹੜੀ ਗੁਰਬਾਣੀ ਨੂੰ ਨਿੱਜੀ ਜਾਇਦਾਦ ਸਮਝਿਆ ਜਾਂਦਾ ਹੈਗਾ, ਉਸ ਬਾਰੇ ਕੀ ਕਹੋ? ਅਤੇ ਸਾਰਾ ਮਸਲਾ ਇਹਦੇ ਵਿੱਚ ਆ ਕਿ ਬਾਣੀ ਦੇ ਉੱਤੇ ਆਪਣਾ ਇਸ ਤਰ੍ਹਾਂ ਦਾ ਹੱਕ ਜਤਾਉਣਾ, ਬਾਣੀ ਦੇ ਉੱਤੇ ਤਾਂ ਕਿਸੇ ਦਾ ਹੱਕ ਵੀ ਨਹੀਂ। ਪੰਜਾਬ ਨੂੰ ਵੀ ਧੋਖੇ ਵਿੱਚ ਰੱਖ ਰਹੇ ਨੇ ਉਹ, ਜਿਹੜਾ ਸਾਡੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਵੀ ਧੋਖੇ 'ਚ ਰੱਖਿਆ ਜਾ ਰਿਹਾ ਹੈਗਾ ਮੀਟਿੰਗਾਂ ਕਰਵਾ ਕੇ। ਇਹ ਧੋਖਾ ਅੱਜ ਦਾ ਥੋੜ੍ਹੀ ਹੋ ਰਿਹਾ, ਜਿਹੜੀ ਖਾੜਕੂ ਲਹਿਰ ਸ਼ੁਰੂ ਹੋਈ ਸੀ ਉਸ ਦੇ ਵਿੱਚ ਕੀ SYL ਦਾ ਮੁੱਦਾ ਨਹੀਂ ਸੀ ਚੱਲਦਾ ਕਿ ਖਾੜਕੂ ਸਿੰਘਾਂ ਨੂੰ ਇਸ ਮਸਲੇ ਦੇ ਉੱਤੇ ਪਾਣੀ ਦੇ ਮਸਲੇ ਦੇ ਉੱਤੇ ਨਹਿਰਾਂ 'ਚ ਪਾੜਾਂ ਨਹੀਂ ਪਾਉਣੀਆਂ ਪਈਆਂ? ਰਾਇਪੀਰੀਅਨ ਲੋ ਦੇ ਤਹਿਤ ਪਾਣੀ ਦੇ ਮਸਲੇ ਦੇ ਉੱਤੇ ਜੇ ਅਸੀਂ ਗੱਲ ਕਰਦੇ ਹਾਂ ਕਿ ਸਾਡਾ ਜਿਹੜਾ ਪੈਸਾ ਤੁਹਾਡੇ ਵੱਲ ਰਹਿੰਦਾ ਹੈ, ਰਾਜਸਥਾਨ ਦੇ, ਹਰਿਆਣੇ ਦੇ, ਦਿੱਲੀ ਦੇ, ਜਿਹੜਾ ਪੈਸਾ ਰਹਿੰਦਾ ਉਹ ਸਾਨੂੰ ਦੇਣਾ ਚਾਹੀਦਾ, ਪਰ ਉਹ ਦੇਣਾ ਕਿਹਨੇ? ਸਰਕਾਰਾਂ ਦੇ ਨਾਲ ਰਲੀਆਂ ਹੋਈਆਂ ਦੇਣਾ ਕਿਹਨੇ? ਜਿਹੜਾ ਆਪਣਾ ਪੰਜਾਬ ਦਾ ਪਾਣੀ ਹੈ, ਪੰਜਾਬ ਨੂੰ ਇੱਕ ਤਰ੍ਹਾਂ ਨਾਲ ਕੀ ਆ, ਬੁੱਧੂ ਬਣਾਇਆ ਜਾ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਸਾਰਾ ਪਾਣੀ ਆ ਉਹ ਹਰਿਆਣਾ ਅਤੇ ਰਾਜਸਥਾਨ ਸਟੇਟਾਂ ਨੂੰ ਜਾ ਰਿਹਾ। ਜੋ ਹੁਣ ਉਹਨਾਂ ਨੇ ਤੋੜੇ ਅਤੇ ਉਹਨਾਂ 'ਤੇ ਪਰਚੇ ਦਰਜ ਕੀਤੇ ਗਏ ਨੇ, ਕਿਉਂਕਿ ਸਿੱਖਾਂ ਦੇ ਨਾਲ ਪਹਿਲਾਂ ਤੋਂ ਹੀ ਧੱਕਾ ਹੁੰਦਾ ਆ ਰਿਹਾ, ਸਾਨੂੰ ਪਤਾ ਹੈ 84 ਦੇ ਵਿੱਚ ਵੀ ਕਾਫੀ ਕੁਛ ਹੋਇਆ ਹੈ, ਉਸੇ ਤਰ੍ਹਾਂ ਹੁਣ ਵੀ ਹਮੇਸ਼ਾ ਤੋਂ ਹੀ ਇਸੇ ਤਰ੍ਹਾਂ ਉਹਨਾਂ ਨਾਲ ਧੱਕਾ ਹੁੰਦਾ ਰਿਹਾ, ਇਹਦਾ ਵਿਰੋਧ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ। ਗੁਰਬਾਣੀ ਅਖੰਡ ਬਾਣੀ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਜੀ, ਮੈਂ ਹਰਜੀਤ ਕੌਰ ਖਾਲਸਾ ਫਤਿਹ ਅਰਜ਼ ਕਰਦੀ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰ ਆ ਪ੍ਰੋਗਰਾਮ ਭੱਖ ਦੇ ਮੁੱਦੇ ਲੈ ਕੇ। ਆਪ ਜੀ ਨੂੰ ਪਤਾ ਕਿ ਭੱਖ ਦੇ ਮੁੱਦੇ 'ਤੇ ਅਸੀਂ ਗੱਲਬਾਤ ਕਰਦੇ ਰਹੇ ਨੇ, ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਜਿਹੜੇ ਮੁੱਦੇ ਭੱਖੇ ਹੋਏ ਆ, ਚਾਹੇ ਅਸੀਂ ਸਿੱਖ ਹੈਰੀਟੇਜ ਜਿਹੜਾ ਸਟਰੀਟ ਬੁੱਤਾਂ 'ਤੇ ਲੱਗੇ ਨਚਾਰਾਂ ਦੇ ਜਿਹੜੇ ਬੁੱਤ ਲੱਗੇ ਹੈ ਉਹਨਾਂ ਦਾ ਮੁੱਦਾ ਹੈਗਾ ਜਿਹੜਾ ਬਹੁਤ ਭੱਖਿਆ ਹੋਇਆ। ਤੁਸੀਂ ਦੇਖਿਆ ਹੋਣਾ ਕਿ ਹਾਲ ਹੀ ਜਥੇਦਾਰ ਦਾ ਵੀ ਬਿਆਨ ਆਇਆ ਹੈਗਾ, ਅਤੇ ਨਾਲ ਹੀ ਅਸੀਂ ਧਰਨੇ ਦੀ ਗੱਲ ਕਰਦੇ ਕਿ ਸਤਿਕਾਰ ਕਮੇਟੀ ਦੇ ਮੁੱਖ ਪ੍ਰਬੰਧਕ ਜਿਹੜੇ ਕਿ ਬਲਵੀਰ ਸਿੰਘ ਮੁੱਛਲ ਆ, ਉਹਨਾਂ ਵੱਲੋਂ ਪੂਰੀਆਂ ਜਥੇਬੰਦੀਆਂ ਨੂੰ ਇਕੱਤਰ ਕਰਕੇ ਧਰਨਾ ਲਗਾਇਆ ਹੋਇਆ, ਅਤੇ ਨਾਲ ਹੀ ਜਿਹੜਾ ਕਿ ਬਾਦਲ ਪਰਿਵਾਰ 'ਤੇ ਅਸੀਂ ਗੱਲ ਕਰੀ PTC ਨੂੰ, ਅਤੇ ਜਿਹੜਾ ਉਹ ਕਈ ਖਬਰਾਂ ਨਸ਼ਰ ਕੀਤੀਆਂ ਕਿ ਜਿਹੜੀ ਗੁਰਬਾਣੀ ਨੂੰ ਨਿੱਜੀ ਜਾਇਦਾਦ ਸਮਝ ਕੇ PTC 'ਤੇ ਪ੍ਰਸਾਰਿਤ ਕੀਤਾ ਜਾਂਦਾ, ਉਸ ਵਿਸ਼ੇ 'ਤੇ ਵੀ ਅਸੀਂ ਗੱਲਬਾਤ ਕਰਾਂਗੇ। ਹੋਰ ਵੀ ਸਾਡੇ ਭਾਰਤ ਦੇ ਮੁੱਦੇ ਹੈਗੇ ਜਿਹੜੇ, ਪੰਜਾਬ ਦੇ ਮੁੱਦੇ, ਪਾਣੀਆਂ ਦੇ ਮਸਲੇ ਹੋ ਗਏ, NRC ਦਾ ਮਸਲਾ ਹੋ ਗਿਆ, ਇਹਨਾਂ 'ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਹੈ ਸਾਡੇ ਨੌਜਵਾਨ ਪੱਤਰਕਾਰ ਮੇਹਰ ਸਿੰਘ, ਅਸੀਂ ਉਹਨਾਂ ਦਾ ਸਵਾਗਤ ਕਰਦੇ ਗੁਰਬਾਣੀ ਅਖੰਡ ਬਾਣੀ ਚੈਨਲ 'ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਮੇਹਰ ਸਿੰਘ ਜੀ, ਪਹਿਲਾਂ ਤਾਂ ਆਪਾਂ ਸਿੱਖ ਹੈਰੀਟੇਜ ਦੇ ਜਿਹੜੇ ਨਚਾਰਾਂ ਦੇ ਬੁੱਤ ਲੱਗੇ ਹੋਏ ਨੇ ਉੱਥੇ, ਤੁਸੀਂ ਦੇਖਿਆ ਹੋਣਾ ਕਿ ਕਾਫੀ ਸਮੇਂ ਤੋਂ ਰੋਸ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਜਿਹੜੇ ਬੁੱਤ ਆ ਉਤੋਂ ਹਟਾਉਣੇ ਚਾਹੀਦੇ ਸੀਗੇ। ਪਹਿਲਾਂ ਤਾਂ ਵਿਸਥਾਰ ਨਾਲ ਅਸੀਂ ਗੱਲ ਕਰੀਏ ਤਾਂ ਤੁਸੀਂ ਕਿੰਨਾ ਕੁ ਜਾਣਕਾਰੀ ਇਸ ਬਾਰੇ ਰੱਖਦੇ ਹੋ ਕਿ ਪਹਿਲਾਂ ਵੀ ਖਬਰਾਂ ਨਸ਼ਰ ਕੀਤੀਆਂ ਗਈਆਂ ਕਿ ਕਾਫੀ ਮੰਗ ਪੱਤਰ ਦਿੱਤੇ ਗਏ, ਤੁਸੀਂ ਕੀ ਕਹੋਗੇ? ਦੇਖੋ ਜੀ, ਵੱਖ ਵੱਖ ਜਥੇਬੰਦੀਆਂ ਵੱਲੋਂ ਸਤਿਕਾਰ ਕਮੇਟੀ ਹੋ ਗਈ ਅਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ, ਅਤੇ ਉੱਦਾਂ ਸਿੱਖ ਜਿਹੜੇ ਅੰਦਰ ਦਰਦ ਰੱਖਦੇ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ, ਉਹਨਾਂ ਵੱਲੋਂ ਵੀ ਆਪਣੇ ਆਪਣੇ ਸਮੇਂ ਦੇ ਅਨੁਸਾਰ DC ਕੋਲ ਪਹੁੰਚ ਕੀਤੀ ਗਈ, ਕਦੇ SGPC ਦੇ ਕੋਲ ਪਹੁੰਚ ਕੀਤੀ ਗਈ, ਪਰ ਜਦੋਂ ਉਹਨਾਂ ਦੀ ਬੱਸ ਨਾ ਚੱਲੀ ਫਿਰ ਨੌਜਵਾਨਾਂ ਨੂੰ ਆਪਣੇ ਹੱਥ ਹਥਿਆਰ ਚੱਕਣੇ ਪਏ। ਉਹ ਹਥਿਆਰ ਉਹਨਾਂ ਨੇ ਕਿਸੇ ਨੂੰ ਮਾਰਨ ਲਈ ਨਹੀਂ, ਇਸ ਵਾਰ ਦੇਖਿਆ ਜਾਵੇ ਤਾਂ ਉਹਨਾਂ ਨੇ ਪਹਿਲਾਂ ਆਪਣੀ ਗੱਲ ਬੜੇ ਸਹਿਜ ਰੂਪ 'ਚ ਰੱਖੀ, ਜਦੋਂ ਨਹੀਂ ਸੁਣੀ ਗਈ ਤਾਂ ਉਹਨਾਂ ਨੇ ਕਿਹਾ ਵੀ ਸੀ ਕਿ ਅਸੀਂ ਐਕਸ਼ਨ ਲਵਾਂਗੇ, ਤਾਂ ਵੀਰੇ ਅੰਮ੍ਰਿਤਪਾਲ ਸਿੰਘ ਉਹਨਾਂ ਨੇ
ਅਤੇ ਉਹ ਜਿਹੜੇ ਬੁੱਤ ਹੈ ਉਹਨਾਂ ਨੂੰ ਤੋੜ ਭੰਨ ਕਰੀ। ਉਹ ਤੋੜ ਭੰਨ ਵੀ ਉਸ ਸਮੇਂ ਕਰੀ ਜਦੋਂ ਕਿ ਉੱਥੇ ਨਾ ਤਾਂ ਕੋਈ ਸੰਗਤ ਸੀ ਨਾ ਹੀ ਕੋਈ ਹੋਰ ਬੰਦਾ ਸੀ, ਤਾਂ ਕਿ ਉਹਨਾਂ ਦਾ ਕਹਿਣਾ, ਉਹਨਾਂ ਦੀ ਜਿਹੜੀ ਇੰਟਰਵਿਊ ਜਿਹੜੀ ਆਈ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਸਮਾਂ ਰਾਤ ਦਾ ਉਸ ਲਈ ਚੁਣਿਆ ਕਿ ਕਿਸੇ ਨੂੰ ਸੱਟ ਪੇਟ ਨਾ ਲੱਗੇ, ਕੋਈ ਰੋੜਾ ਕੰਕਰ ਜਾ ਕੇ ਉਹਨਾਂ ਦਾ ਵੱਜ ਨਾ ਜਾਵੇ। ਅਤੇ ਉਸ ਤੋਂ ਬਾਅਦ ਉਹਨਾਂ ਦੀ ਇੱਕ ਜਿਹੜੀ ਕਲਿੱਪ ਵਾਇਰਲ ਹੋਈ ਸੀ ਉਹ ਬੁੱਤ ਤੋੜਦਿਆਂ ਦੀ, ਉਹਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਸਿੰਘ ਜਦੋਂ ਸਿੱਧੇ ਜਾ ਕੇ ਉੱਥੇ ਬੁੱਤਾਂ 'ਤੇ ਤੋੜਦੇ ਨੇ, ਬੁੱਤਾਂ ਨੂੰ ਤੋੜਦੇ ਨੇ, ਅਤੇ ਜਦੋਂ ਪੁਲਿਸ ਆਉਂਦੀ ਹੈ ਤਾਂ ਉਹ ਆਪਣੇ ਆਪ ਸਰੈਂਡਰ ਕਰਦੇ ਨੇ ਇੱਕ ਤਰ੍ਹਾਂ ਤੋਂ। ਉਸ ਤੋਂ ਬਾਅਦ ਇਹ ਵੀ ਸੁਣਨ ਨੂੰ ਮਿਲਿਆ ਕਿ ਉਹਨਾਂ ਦੇ ਨਾਲ ਥਾਣੇ ਦੇ ਵਿੱਚ ਕੁੱਟਮਾਰ ਵੀ ਹੋਈ, ਅਲਫ ਨੰਗੇ ਕਰਕੇ ਉਹਨਾਂ ਨੂੰ ਕੁੱਟਿਆ ਗਿਆ, ਅਤੇ ਕਿੰਨੀ ਕਰੂਰਤਾ ਅੰਦਰ ਭਰੀ ਹੋਈ ਹੈ ਦੇਖਣ ਵਾਲੀ ਗੱਲ ਆ ਵੀ ਹਾਂ ਜਦੋਂ ਇਸ ਤੋਂ ਵੱਧ ਬੰਦਾ ਹੋਰ ਕੀ ਕਰੇ, ਜਦੋਂ ਕਿੰਨੀ ਵਾਰੀ ਤੁਹਾਨੂੰ ਉਹ ਕਹਿ ਚੁੱਕੇ ਨੇ ਕਿ ਹਾਂ ਅਸੀਂ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਕਹਿੰਦੇ ਹਾਂ ਤੁਹਾਨੂੰ ਕਿ ਹਾਂ ਇਹ ਬੁੱਤ ਜਿਹੜੇ ਆ ਸਾਡੇ ਇੱਥੇ ਲੱਗੇ, ਅਸਥਾਨ ਦੇਖਣਾ ਚਾਹੀਦਾ ਨਾ ਤੁਹਾਨੂੰ ਕੀ ਆ, ਉਹ ਤੁਸੀਂ ਵਾਹਗਾ ਬੋਰਡਰ 'ਤੇ ਲਾ ਦਿਉ, ਕੋਈ ਕਿਸੇ ਨੂੰ ਦੁੱਖ ਨਹੀਂ ਗਾ। ਪੰਜਾਬੀ ਸੱਭਿਆਚਾਰ ਅਤੇ ਸਿੱਖ ਸੱਭਿਆਚਾਰ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ, ਅਤੇ ਇਹ ਸਮਝਣਾ ਪਊਗਾ ਸੰਗਤ ਨੂੰ ਵੀ ਅਤੇ ਬਾਕੀਆਂ ਨੂੰ ਵੀ ਜਿਹੜੇ ਅੱਜ ਉਹਨਾਂ ਵੀਰਾਂ ਨੂੰ ਗਾਲਾਂ ਕੱਢ ਰਹੇ ਨੇ। ਦੇਖੋ ਜੀ ਜਦੋਂ ਕੋਈ ਚੰਗਾ ਕੰਮ ਕਰਦਾ ਗਾਲਾਂ ਉਹਨੂੰ ਪੈਂਦੀਆਂ ਪੈਂਦੀਆਂ ਨੇ, ਅਤੇ ਗੁਰੂ ਸਾਹਿਬ ਜਾਣਦੇ ਨੇ ਕਿ ਕੀ ਚੰਗਾ ਹੋਇਆ ਅਤੇ ਕੀ ਮਾੜਾ ਹੋਇਆ। ਨੱਚਣਾ ਹਰੇਕ ਕੋਈ ਜੋੜ ਕੇ ਕਹਿੰਦਾ ਕਿ ਨੱਚਣ ਕੁੱਦਣ ਮਨ ਕਾ ਚਾਉ, ਜੇ ਅਸੀਂ ਦੇਖੀਏ ਤਾਂ ਕਿਤੇ ਪ੍ਰੋਗਰਾਮ ਹੁੰਦਾ ਤਾਂ ਉੱਥੇ ਇਹ ਪੰਕਤੀ ਜ਼ਰੂਰ, ਇਹ ਜਿਹੜੀ ਲਾਈਨ ਹੈ ਨਾ ਇਹ ਪੰਕਤੀ ਆ ਇਹ ਵਰਤੀ ਜਾਂਦੀ ਹੈ ਕਿ ਨੱਚਣ ਕੁੱਦਣ ਮਨ ਕਾ ਚਾਉ। ਪਰ ਜੇ ਦੂਜੇ ਪਾਸੇ ਅਸੀਂ ਇੰਨੀ ਕੁ ਪੰਕਤੀ ਨੂੰ ਲੈ ਕੇ ਗੱਲ ਕਰੀਏ, ਪਹਿਲੀ ਗੱਲ ਤਾਂ ਪੂਰਾ ਸ਼ਬਦ ਪੜ੍ਹਨਾ ਚਾਹੀਦਾ, ਪਰ ਜੇ ਇੰਨੀ ਪੰਕਤੀ ਨੂੰ ਅਸੀਂ ਲੈ ਕੇ ਗੱਲ ਕਰੀਏ ਤਾਂ ਗੁਰੂ ਸਾਹਿਬ ਤਾਂ ਮਨ ਨੂੰ ਹੀ ਰੋਕਣ ਦੀ ਗੱਲ ਕਰ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਬਾਣੀ ਹੈ, ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਆ, ਉਹ ਤਾਂ ਬੰਦੇ ਦੇ ਵਾਰ ਵਾਰ ਚੋਟ ਹੀ ਮਨ ਦੇ ਉੱਤੇ ਕਰ ਰਹੀ ਹੈ। ਜੇ ਮਨ ਦੇ ਪਿੱਛੇ ਲੱਗ ਕੇ ਕੰਮ ਕਰਨਾ ਤਾਂ ਮਾੜੀ ਗੱਲ ਹੈ। ਭੰਗੜਾ ਮਾੜਾ ਨਹੀਂ, ਨੱਚਣਾ ਮਾੜਾ ਨਹੀਂ, ਉਸਦੇ ਨਾਲ ਜਿਹੜੀਆਂ ਪਰੋਸੀਆਂ ਜਾਂਦੀਆਂ ਬੋਲੀਆਂ ਨੇ ਉਹ ਮਾੜੀਆਂ ਨੇ, ਉਹ ਬੋਲੀਆਂ ਦੇ ਵਿੱਚ ਦੇਖਣਾ ਪਊਗਾ ਤੁਸੀਂ ਧੀਆਂ ਭੈਣਾਂ ਨੂੰ ਕੀ ਕੁਝ ਕਹਿੰਦੇ ਹੋ। ਹੁਣ ਜਥੇਦਾਰ ਦੇ ਬਿਆਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਥੇਦਾਰ ਜੀ ਦਾ ਸਲਾਘਾ ਹੋ ਗਿਆ, ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕੌਮ ਨੂੰ ਜੋ ਉਮੀਦ ਰੱਖਦੀ ਸੀ ਕੌਮ, ਉਸਦੇ ਵਿੱਚ ਉਹ ਇੱਕ ਤਰ੍ਹਾਂ ਤੋਂ ਪੂਰੇ ਉਤਰੇ ਨੇ। ਜਥੇਦਾਰ ਜੀ ਦੀ ਡਿਊਟੀ ਵੀ ਬਣਦੀ ਸੀ, ਉਹਨਾਂ ਦੀ ਡਿਊਟੀ ਵੀ ਸੀ, ਉਹਨਾਂ ਨੇ ਆਪਣੀ ਡਿਊਟੀ ਨਿਭਾਈ ਵੀ ਆ। ਪਰ ਹਾਂ ਇੱਕ ਗੱਲ ਦੀ ਕਮੀ ਜਿਹੜੀ ਲੱਗੀ ਆ ਕਿ ਉਹਨਾਂ ਨੇ ਸਿੰਘਾਂ ਦੇ ਜਿਹੜੀ ਹਿਰਾਸਤ ਹੋਈ ਆ, ਸਿੰਘਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ, ਉਹਨਾਂ ਦੇ ਬਾਰੇ ਕੋਈ ਬਿਆਨ ਨਹੀਂ ਦਿੱਤਾ ਕਿ ਉਹਨਾਂ ਨੂੰ ਛੱਡਿਆ ਜਾਵੇ ਜਾਂ ਉਹਨਾਂ ਦੀ ਕੋਈ ਉਹਨਾਂ ਦੇ ਕੇਸ ਦੀ ਕੋਈ ਪੈਰਵੀ ਕਰਨਗੇ। ਦੇਖਿਆ ਜਾਵੇ ਤਾਂ ਅੰਮ੍ਰਿਤਪਾਲ ਸਿੰਘ ਦਾ ਜੇ ਅਸੀਂ ਜਿਗਰਾ ਦੇਖੀਏ ਤਾਂ ਉਹਨਾਂ ਨੇ ਆਪਣੇ ਆਪ ਇਕੱਲੇ ਰਹਿ ਕੇ ਐਡਾ ਵੱਡਾ ਐਕਸ਼ਨ ਲਿੱਤਾ ਹੈ। ਤੁਸੀਂ ਦੇਖਿਆ ਹੋਣਾ ਕਿ PTC 'ਤੇ ਵੀ ਜਿਹੜੀਆਂ ਲਾਈਵ ਗੁਰਬਾਣੀ ਪ੍ਰਸਾਰਿਤ ਕੀਤੀ ਜਾਂਦੀ ਹੈ, ਅਤੇ ਬਾਦਲਾਂ ਵੱਲੋਂ ਵੀ ਜਿਹੜੀ ਗੁਰਬਾਣੀ ਨੂੰ ਨਿੱਜੀ ਜਾਇਦਾਦ ਸਮਝਿਆ ਜਾਂਦਾ ਹੈਗਾ, ਉਸ ਬਾਰੇ ਕੀ ਕਹੋਗੇ? ਦੇਖੋ PTC ਬੜੇ ਲੰਬੇ ਸਮੇਂ ਤੋਂ, PTC ਤੋਂ ਪਹਿਲਾਂ ETC, ਉਸ ਤੋਂ ਪਹਿਲਾਂ ਇੱਕ ਚੈਨਲ ਹੋਰ ਰਿਹਾ 98 ਦੇ ਕਰੀਬ, ਜੀ ਨੈਟਵਰਕ ਦੇ ਨਾਂ ਤੋਂ ਮੇਰੇ ਖਿਆਲ ਨਾਲ ਸੀਗਾ ਉਹਦਾ। ਜੀ ਨੈਟਵਰਕ ਦੇ ਅਧੀਨ ਆਉਂਦੇ ਨੇ ਇਹ ਸਾਰੇ, ਉੱਥੋਂ ਜੀ ਤੋਂ ETC, ETC ਤੋਂ PTC, ਹੁਣ PTC ਸਾਰਾ ਪ੍ਰਸਾਰਣ ਜਿਹੜਾ ਹੈ ਕਿ ਉੱਥੋਂ ਕਰਦਾ ਆ। ਜੇ ਅਸੀਂ ਦੇਖੀਏ ਤਾਂ ਪਿਛੋਕੜ ਦੇ ਵਿੱਚ ਧਰਮੀ ਯੁੱਧ ਮੋਰਚੇ ਦੇ ਟਾਈਮ ਵੀ ਇਸ ਗੱਲ ਦੀ ਬੜਾ ਜ਼ੋਰ ਫੜਿਆ ਸੀ ਕਿ ਇੱਥੋਂ ਪ੍ਰਸਾਰਣ ਜਿਹੜਾ ਹੈ ਸਾਨੂੰ ਖੁਦ ਆਪਣੇ ਤਰੀਕੇ ਨਾਲ ਕਰਨਾ ਚਾਹੀਦਾ, ਟਰਾਂਸਮੀਟਰ ਸਿੱਖਾਂ ਕੋਲ ਆਪਣਾ ਹੋਣਾ ਚਾਹੀਦਾ ਜਿਹੜਾ ਗੁਰਬਾਣੀ ਪ੍ਰਸਾਰਣ ਪੂਰੇ ਜਗਤ ਦੇ ਵਿੱਚ ਕਰ ਸਕੇ। ਉਸ ਤੋਂ ਬਾਅਦ ਇਹ PTC ਨੇ ਕਰਿਆ, ਮਾੜੀ ਗੱਲ ਨਹੀਂ, ਪਰ ਦੇਖਣਾ ਪਊਗਾ ਕਿ PTC ਨੇ ਆਪਣੇ ਚੈਨਲ ਤੋਂ ਗੁਰਬਾਣੀ ਦੇ ਨਾਲ TRP ਵਧੀਆ ਉਹਨਾਂ ਦੀ, ਸਵੇਰੇ ਸ਼ਾਮ ਹਰ ਘਰ ਦੇ ਵਿੱਚ ਗੁਰਬਾਣੀ ਲੱਗਦੀ ਹੈ। ਕੋਈ ਘਰ ਇਹੋ ਜਿਹਾ ਨਹੀਂ ਹੋਊਗਾ ਜਿੱਥੇ ਗੁਰਬਾਣੀ ਦਾ ਆਨੰਦ ਲੈਣ ਵਾਲੇ ਇਸ ਚੀਜ਼ ਨੂੰ ਨਹੀਂ ਮਾਣਦੇ ਹੋਣਗੇ। ਅਤੇ PTC ਨੇ ਇਸ ਗੱਲ ਦਾ ਫਾਇਦਾ ਚੱਕਿਆ, ਉਹਨਾਂ ਦੇ ਰਹਿਤ ਮਰਿਆਦਾ ਤੋਂ ਬਾਹਰ ਸੀ ਉਹ ਗੱਲ ਕਿ ਉੱਥੇ ਉਹਨਾਂ ਦੇ ਚੈਨਲ ਦੇ ਉੱਤੇ ਅਸ਼ਲੀਲ ਗਾਣੇ ਚੱਲਣੇ, ਅਸ਼ਲੀਲ ਫਿਲਮਾਂ ਚੱਲਣੀਆਂ, ਸ਼ਰਾਬ ਦੀ ਐਡ ਉੱਥੇ ਆਉਂਦੀ ਸੀ, ਤੰਬਾਕੂ ਦੀ ਐਡ ਉੱਥੇ ਆਉਂਦੀ ਸੀ, ਇਹ ਸਾਰਾ ਕੁਝ ਦੇਖਣਾ ਪੈਣਾ ਸੀਗਾ। ਤਾਂ ਇਹਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਜਥੇਦਾਰ ਜੀ ਦੀ ਬਣਦੀ ਸੀ। ਚਲੋ ਅੱਜ ਹਰਪ੍ਰੀਤ ਸਿੰਘ ਤੋਂ ਪਹਿਲਾਂ ਤਾਂ ਜਥੇਦਾਰ ਜਿਹੜੇ ਜਿਵੇਂ ਦੇ ਵੀ ਰਹੇ ਨੇ ਸਾਰਿਆਂ ਨੂੰ ਉਹਨਾਂ ਦੇ ਘਰ ਦੇ ਪਤਾ ਹੀ ਹੈ ਵੀ ਕਿਵੇਂ ਦਾ ਰਿਹਾ, ਬਾਦਲਾਂ ਦਾ ਕਬਜ਼ਾ ਸ਼ੁਰੂ ਤੋਂ ਰਿਹਾ ਉਸ ਚੀਜ਼ ਦੇ ਉੱਤੇ।
ਅਤੇ ਹੁਣ ਜੇ ਅਸੀਂ ਕਹੀਏ ਤਾਂ ਨਿੱਜੀ ਜਾਗੀਰ ਦੇ ਆਰੋਪ ਜਿਹੜੇ ਲੱਗੇ ਨੇ ਉਹ ਇਸ ਲਈ ਲੱਗੇ ਨੇ, ਇੱਕ ਵੈੱਬ ਚੈਨਲ ਆ ਸਿੱਖ ਸਿਆਸਤ, ਉਹ ਤੋਂ ਪਹਿਲਾਂ ਸਪੋਕਸਮੈਨ ਨੇ ਜਦੋਂ ਹੁਕਮਨਾਮਾ ਪਾਇਆ ਉਹਨਾਂ ਤੋਂ ਕਾਪੀਰਾਈਟ ਇਸ਼ੂ ਭੇਜਤਾ ਉਹਨਾਂ ਨੂੰ, ਇਸ ਵਾਰ ਸਿੱਖ ਸਿਆਸਤ ਨੂੰ ਭੇਜਿਆ ਇਹਨਾਂ ਨੇ ਜਦੋਂ ਇਹਨਾਂ ਨੇ ਹੁਕਮਨਾਮਾ। ਇਹ ਦੇਖਣ ਵਾਲੀ ਗੱਲ ਆ ਕਿ ਉਹ ਹੁਕਮਨਾਮਾ ਜਿਹੜਾ ਲਿਖਤੀ ਨਹੀਂ, ਆਡੀਓ ਆ, ਆਡੀਓ 'ਤੇ ਫੇਸਬੁੱਕ ਨੂੰ ਇਹਨਾਂ ਨੇ ਜਿਹੜੀ ਆ ਰਿਪੋਰਟ ਕਰੀ ਆ। ਇਹ ਕਹਿੰਦੇ ਨੇ ਅਸੀਂ ਉੱਥੇ ਕਿਹਾ ਨਹੀਂ ਨਿੱਜੀ ਜਗੀਰ, ਪਰ ਜਿਹੜੀ ਫੇਸਬੁੱਕ ਵੱਲੋਂ ਉਹਨਾਂ ਨੂੰ ਕਾਪੀਰਾਈਟ ਦਾ ਇਸ਼ੂ ਭੇਜਿਆ ਗਿਆ ਆ ਸਿੱਖ ਸਿਆਸਤ ਨੂੰ, ਉਹਦੇ ਵਿੱਚ ਨਿੱਜੀ ਜਗੀਰ ਦੇ ਗੱਲ ਆਈ ਆ। ਅਤੇ ਸਾਰਾ ਮਸਲਾ ਇਹਦੇ ਵਿੱਚ ਆ ਕਿ ਬਾਣੀ ਦੇ ਉੱਤੇ ਆਪਣਾ ਇਸ ਤਰ੍ਹਾਂ ਦਾ ਹੱਕ ਜਤਾਉਣਾ, ਬਾਣੀ ਦੇ ਉੱਤੇ ਤਾਂ ਕਿਸੇ ਦਾ ਹੱਕ ਵੀ ਨਹੀਂ, ਜੇ ਦੇਖਿਆ ਜਾਵੇ ਤਾਂ ਇਕੱਲੇ ਸਿੱਖ ਦਾ ਵੀ ਹੱਕ ਬਾਣੀ ਦੇ ਉੱਤੇ ਨਹੀਂ, ਸਰਬ ਸਾਂਝੀ ਵਾਲਤਾ ਦੀ ਗੱਲ ਕਰਨ ਵਾਲੀ ਬਾਣੀ, ਮਨੁੱਖਤਾ ਦੀ ਗੱਲ ਕਰਨ ਵਾਲੀ ਬਾਣੀ, ਉਹ ਸਾਰਿਆਂ ਦੇ ਲਈ ਆ। ਘਰ ਘਰ ਅੰਦਰ ਧਰਮਸਾਲ ਦੀ ਗੱਲ ਇੱਥੋਂ ਸ਼ੁਰੂ ਹੋਊਗੀ, ਪੜ੍ਹਨਾ ਹਰੇਕ ਦੇ ਲਈ ਦੱਸਿਆ ਗਿਆ। ਇਹੀ ਚੀਜ਼ ਆ ਵੀ ਇਹ ਚੀਜ਼ ਨੂੰ ਵਿਚਾਰਨਾ ਸੰਗਤ ਨੇ ਆ। ਤੁਹਾਨੂੰ ਲੱਗਦਾ ਨਹੀਂ ਕਿ ਜੇ PTC ਪੰਜਾਬੀ ਤੇ ਗੁਰਬਾਣੀ ਨੂੰ ਲਾਈਵ ਕਰਨਾ ਹੈ ਤਾਂ ਸਿਰਫ ਬਾਣੀ ਵਾਸਤੇ ਇਹੋ ਚੈਨਲ ਵਰਤਿਆ ਜਾਵੇ, ਨਾ ਕਿ ਅਸ਼ਲੀਲ ਗਾਣਿਆਂ ਵਾਸਤੇ, ਐਡ ਵਾਸਤੇ ਜਾਂ ਫਿਲਮਾਂ ਵਾਸਤੇ ਵਰਤਿਆ ਜਾਵੇ? ਦੇਖੋ ਇਹ ਤਾਂ ਚੀਜ਼ ਉਹਨਾਂ ਨੂੰ ਕਬੂਲ ਸ਼ਾਇਦ ਨਹੀਂ ਹੋਊਗੀ, ਇਹ ਚੀਜ਼ ਸ਼ਾਇਦ ਨਹੀਂ ਕਬੂਲ ਹੋਊਗੀ। ਐਡ ਤੋਂ ਪੈਸਾ ਕਮਾ ਹੁੰਦਾ ਹੈ, ਪੈਸਾ ਉੱਦਾਂ ਵੀ ਕਮਾ ਹੁੰਦਾ, TRP ਵਧਣ ਤੋਂ ਬਾਅਦ ਲਾਲਚ ਵੱਧਦਾ ਜਾਂਦਾ ਦਿਨ ਪਰ ਦਿਨ। ਅਤੇ ਉਸ ਤੋਂ ਬਾਅਦ ਹੁਣ ਸਿੱਖ ਸਿਆਸਤ ਦੇ ਨਾਲ ਇਹ ਮਸਲਾ ਉਲਝਿਆ, ਹੋਰ ਕਿਸੇ ਚੈਨਲ ਨੂੰ ਕਿਉਂ ਨਹੀਂ ਗੁਰਬਾਣੀ ਉੱਥੋਂ ਕਿਉਂ ਨਹੀਂ, ਅੱਜ ਦੇ ਟਾਈਮ ਤੋਂ ਹੁਣ ਤਾਂ ਪ੍ਰਾਈਵੇਟ ਚੈਨਲਾਂ ਨੂੰ ਤਾਂ ਬਿਲਕੁਲ ਐਂਟਰ ਹੀ ਨਹੀਂ ਕੀਤਾ ਜਾਣ ਦਿੱਤਾ। ਗੌਰ ਕਰਨ ਵਾਲੀ ਗੱਲ ਆ, ਜਦੋਂ ਧਰਮ ਯੁੱਧ ਮੋਰਚੇ ਦੇ ਟਾਈਮ ਇਹ ਚੀਜ਼ ਆਉਂਦੀ ਸੀ ਕਿ ਟਰਾਂਸਮਿਟਰ ਆਪਣਾ ਲੱਗਣਾ ਚਾਹੀਦਾ, ਅੱਜ ਦੇ ਟਾਈਮ ਦੇ ਵਿੱਚ ਤਾਂ ਆਪਾਂ ਆਪਣਾ ਟਰਾਂਸਮਿਟਰ ਲਾ ਸਕਦੇ ਹਾਂ, ਇੰਨਾ ਕੁ ਤਾਂ SGPC ਦੇ ਕੋਲ ਬਜਟ ਆਉਂਦਾ ਹੀ ਆ, ਟਰਾਂਸਮਿਟਰ ਲੱਗਣ ਨੂੰ ਕਿੰਨੇ ਕੁ ਪੈਸੇ ਲੱਗ ਜਾਣਗੇ, ਸਗੋਂ 2-4 ਆਪਣੇ ਸਿੱਖ ਨੌਜਵਾਨਾਂ ਨੂੰ, ਬੱਚਿਆਂ ਨੂੰ, ਉਹਨਾਂ ਨੂੰ ਰੋਜ਼ਗਾਰ ਵੀ ਸ਼ੁਰੂ ਹੋਊਗਾ। ਕਿਉਂ ਨਹੀਂ SGPC ਇਹੋ ਜਿਹੀ ਪਹਿਲ ਕਰਦੀ ਕਿ ਆਪਣੇ ਬੱਚਿਆਂ ਨੂੰ ਆਪਣੇ ਤਰੀਕੇ ਦੇ ਨਾਲ ਰੋਜ਼ਗਾਰ 'ਤੇ ਲੈ ਜਾਵੇ, ਤਾਂ ਕਿ ਉਹਨਾਂ ਨੂੰ ਗੁਰੂ ਤੋਂ, ਸਿੱਖੀ ਤੋਂ ਬੇਮੁੱਖ ਨਾ ਹੋਣਾ ਪਵੇ, ਗੁਰੂ ਤੋਂ ਬੇਮੁੱਖ ਨਾ ਹੋਣਾ ਪਵੇ। ਹੁਣ ਕਿ ਜਿੱਥੇ ਅਸੀਂ ਬਾਕੀ ਮੁੱਦਿਆਂ ਦੀ ਗੱਲ ਕਰਦੇ, ਨਾਲ ਹੀ ਤੁਸੀਂ ਦੇਖਣ ਕਿ ਪੰਜਾਬ ਦਾ ਹੀ ਮੁੱਦਾ ਹੈਗਾ ਪਾਣੀਆਂ ਦਾ ਮਸਲਾ, ਕਿ ਪਾਣੀਆਂ ਦਾ ਜਿਹੜਾ ਅਸੀਂ ਕਹੀਏ, ਪਾਣੀਆਂ ਦੀ ਗੱਲ ਕਰੀਏ ਕਿ ਅੱਜ ਤੁਸੀਂ ਦੇਖਿਆ ਹੋਣਾ ਕਿ ਹਰ ਇੱਕ ਅਖਬਾਰ ਦੀ ਇੱਕ ਨਿਊਜ਼ ਹੈਡਲਿਸਟ 'ਤੇ ਉਹ ਖਬਰ ਹੈਗੀ ਆ, ਜਿਹੜੀ ਕਿ ਤੁਸੀਂ ਦੇਖਿਆ ਹੋਣਾ ਕਿ ਸਰਬ ਸਾਂਝੀ ਇੱਕ ਪਾਰਟੀ ਹੋਈ ਸੀਗੀ ਜਿਹੜੀ ਪਾਣੀਆਂ 5 ਦਰਿਆਵਾਂ ਦੇ ਨੂੰ ਲੈ ਕੇ ਹੋਈ ਹੈ, ਅਤੇ ਉਹਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਬੁਲਾਇਆ ਗਿਆ ਹੈਗਾ, ਸਿਰਫ ਲੋਕ ਇਨਸਾਫ਼ ਪਾਰਟੀ ਨੂੰ ਛੱਡ ਕੇ। ਕੀ ਕਹੋਗੇ ਤੁਸੀਂ? ਦੇਖੋ ਤਾਂ ਸਿਆਸਤ ਹੈ ਲੋਕ ਇਨਸਾਫ਼ ਪਾਰਟੀ ਨੂੰ ਇਸ ਤੋਂ ਬਾਹਰ ਰੱਖਣਾ, ਅਤੇ ਪਾਣੀਆਂ ਦਾ ਮਸਲਾ ਬਹੁਤ ਪੁਰਾਣਾ ਆ। ਜੇ ਅਸੀਂ ਉਸ ਮੀਟਿੰਗ ਦੀ ਗੱਲ ਕਰੀਏ ਤਾਂ ਅਖਬਾਰ ਜਿਵੇਂ ਕਿ ਪੜ੍ਹ ਕੇ ਦੇਖੇ ਨੇ, ਉਹਨਾਂ ਦੇ ਵਿੱਚ ਇਸ ਵਾਰ ਵੀ ਜ਼ਿਕਰ ਨਹੀਂ ਹੋਇਆ ਕਿ ਅਸੀਂ ਪਾਣੀ ਦੇ ਤਾਂ ਰਹੇ ਹਾਂ, ਵੀ ਉਹ ਕਹਿੰਦੇ ਨੇ ਟ੍ਰਿਬਿਊਨਲ ਬਣਾਵਾਂਗੇ, ਉਹਦੇ ਨਾਲ ਮੀਟਿੰਗ ਕਰਾਂਗੇ, ਵੀ ਇਹ ਜਿਹੜਾ ਮਸਲਾ ਆ ਸੁਲਝੇ ਕਿਸੇ ਤਰੀਕੇ, ਪਰ ਉਹਨਾਂ ਰਾਜਾਂ ਤੋਂ ਵੀ ਜਿਹੜੀ ਉਹਨਾਂ ਦੇ ਵੱਲ ਬਕਾਇਆ ਖੜਾ ਹੈ ਉਹ ਕਦੋਂ ਸਾਨੂੰ ਮਿਲੂ? ਪੰਜਾਬ ਦੇ ਸਿਰ ਤੋਂ ਜੇ ਇਹ ਕਰਜ਼ਾ ਲਾਉਣਾ ਚਾਹੁੰਦੇ ਕਿ ਕਰਜ਼ਈ ਕਰਨਾ ਚਾਹੁੰਦੇ ਨੇ ਜਾਂ ਕਰਜ਼ਈ ਰੱਖਣਾ ਚਾਹੁੰਦੇ ਨੇ, ਆਪਣੀ ਸਿਆਸਤ ਖੇਡਣੀ ਚਾਹੁੰਦੇ ਨੇ, ਇਹਨਾਂ ਨੂੰ ਇਹ ਚੀਜ਼ ਕਲੀਅਰ ਕਰਨੀ ਪਊਗੀ। ਜਿਹੜੀ ਹੁਣ ਪੰਜਾਬੀ ਕੌਮ ਆ, ਜਿਹੜੇ ਹੁਣ ਸਿੱਖ ਕੌਮ ਆ, ਜਿਹੜਾ ਪੰਜਾਬੀ ਇੱਦਾਂ ਸੂਬਾ ਆ, ਬਾਹਰ ਬੈਠੇ ਪੰਜਾਬੀ ਵੀ, ਉਹਨਾਂ ਦੇ ਵੀ ਦਿਮਾਗ ਖੁੱਲ੍ਹੇ ਹੋਏ ਨੇ ਹੁਣ, ਉਹਨਾਂ ਦੀ ਵੀ ਅੱਖਾਂ ਖੁੱਲ੍ਹੀਆਂ ਨੇ। ਜੇ ਕਿਤੇ ਪਹਿਲਾਂ ਬੰਦ ਸੀ, ਪਹਿਲਾਂ ਵੀ ਬੰਦ ਨਹੀਂ ਸੀ, ਬਸ ਉਹ ਮਜਬੂਰ ਸੀ, ਪਰ ਹੁਣ ਉਸ ਕਿਸ ਤੋਂ ਲੁਕਿਆ ਨਹੀਂ ਗਿਆ, ਸੋਸ਼ਲ ਮੀਡੀਆ ਦੇ ਯੁੱਗ ਨੇ ਇਹ ਚੀਜ਼ਾਂ ਕਿਸੇ ਤੋਂ ਲੁਕਿਆ ਨਹੀਂ ਰਹਿਣ ਦਿੱਤੀਆਂ। ਤੁਸੀਂ ਦੇਖਿਆ ਹੋਣਾ ਕਿ XYL ਜਿਹੜੀ ਨਹਿਰ ਹੈਗੀ ਉਹਦਾ ਵੀ ਮਸਲਾ ਸਾਹਮਣੇ ਆ ਰਿਹਾ ਹੈ ਕਿ ਉਹਦੀ ਖੁਦਾਈ ਦੁਬਾਰਾ ਕੀਤੀ। ਤੁਹਾਨੂੰ ਲੱਗਦਾ ਨਹੀਂ ਕਿ ਜਿੱਥੇ ਪੰਜਾਬ ਕੋਲ ਪਹਿਲਾਂ ਹੀ ਪਾਣੀ ਨਹੀਂ ਹੈਗਾ ਤਾਂ ਉਹ ਇਹ ਮਸਲਾ ਕਿਉਂ ਨਹੀਂ ਚੁੱਕਦੇ ਵੀ ਉਹ ਨਹਿਰ ਨੂੰ ਬੰਦ ਕੀਤਾ ਜਾਵੇ, ਉਹ ਨਹਿਰ ਨੂੰ ਨਾ ਉਹਦੀ ਖੁਦਾਈ ਕੀਤੀ, ਜਿੱਥੇ ਹਾਲ ਹੀ ਉਸ ਮੀਟਿੰਗ ਦੇ ਵਿੱਚ ਜ਼ਿਕਰ ਕੀਤਾ ਗਿਆ, ਉਸ ਬਾਰੇ ਕੀ ਕਹੋ? ਦੇਖੋ SYL ਤਾਂ ਸਿਆਸਤ ਹੈ, ਜੇ ਅਸੀਂ ਸਿੱਧੇ ਰੂਪ ਦੇਖੀਏ ਤਾਂ SYL ਸਿਆਸਤ ਹੈ। ਹਾਂ, ਲੈ ਜਾਣਗੇ ਪਾਣੀ, ਹੋਰ ਲੈ ਜਾਣਗੇ, ਸਰਹੰਦ ਤੋਂ ਕੀ ਨਹੀਂ ਜਾਂਦਾ ਪਾਣੀ? ਜੇ ਅਸੀਂ ਹੋਰ ਜਗ੍ਹਾ ਤੋਂ ਗੱਲ ਕਰੀਏ ਕਿ ਪਾਣੀ ਅੱਜ ਨਹੀਂ ਜਾ ਰਿਹਾ, ਹਰਿਆਣੇ ਨੂੰ ਪਾਣੀ ਨਹੀਂ ਜਾ ਰਿਹਾ, ਰਾਜਸਥਾਨ ਨੂੰ ਪਾਣੀ ਨਹੀਂ ਜਾ ਰਿਹਾ, ਗੱਲ ਇਹ ਹੋਣੀ ਚਾਹੀਦੀ ਹੈ ਕਿ ਪਾਣੀ ਦੇਣਾ ਆ, ਹਰਿਆਣਾ ਸਾਡਾ ਹੀ ਆ, ਸਾਡੇ ਤੋਂ ਹੀ ਟੁੱਟਿਆ, ਪੰਜਾਬ 'ਚੋਂ ਹੀ ਟੁੱਟਿਆ, ਜੇ ਅਸੀਂ ਗੱਲ ਕਰਦੇ ਹਾਂ ਪਾਣੀ ਦੇਣਾ, ਨਾਲੇ ਮਨੁੱਖਤਾ ਦੇ ਨਾਂ 'ਤੇ ਪਾਣੀ ਦੇਣਾ ਹੀ ਦੇਣਾ।
ਉਸ ਦੀ ਰੋਇਲਟੀ ਤਾਂ ਮਿਲਣੀ ਚਾਹੀਦੀ ਆ, ਤਾਂ ਕਿ ਇੱਥੇ ਪਿੱਛੇ ਜਿਹੜੇ ਆਪਣੇ ਪਾਣੀ ਨੂੰ ਹੋਰ ਬਚਾਉਣ ਦੇ, ਜਿਹੜਾ ਖਤਮ ਹੁੰਦਾ ਜਾ ਰਿਹਾ ਪਾਣੀ ਜਿਹੜਾ ਡੂੰਘਾਈਆਂ ਦੇ ਵਿੱਚ ਜਾਂਦਾ ਜਾ ਰਿਹਾ ਆ, ਝੋਨੇ ਦੀ ਫਸਲ ਲਾਉਣਾ ਮਜਬੂਰ ਹੋਇਆ ਹੈ ਕਿਸਾਨ, ਕਰਜ਼ਈ ਕਿਸਾਨ ਹੋ ਰਿਹਾ, ਮਰ ਕਿਸਾਨ ਰਿਹਾ ਹੈ, ਉਸ ਚੀਜ਼ ਦੇ ਉੱਤੇ ਜਿਹੜੀ ਵਿਚਾਰ ਕਰਨੀ ਆ ਉਹ ਬੜੇ ਬਹੁਤ ਗੰਭੀਰ ਮਸਲਾ ਇਹ। ਇਹਨੂੰ ਇੰਨਾ ਸੌਖੇ ਵਿੱਚ ਨਹੀਂ ਟਾਲ ਸਕਦੇ ਕਿ ਇਕੱਲਾ ਇਸ ਵਾਈ ਐਲ ਦੇ ਮੁੱਦੇ ਦੇ ਉੱਤੇ ਤੁਸੀਂ ਲੜੀ ਜਾਓ, ਸਾਰਾ ਕੁਛ ਕਰੀ ਜਾਓ। ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਅਸੀਂ ਕੁਦਰਤੀ ਸਰੋਤਾਂ ਤੋਂ ਦੀ ਆਪਣੀ ਉਪਜਾਊ ਨੂੰ ਉਹ ਕਰਦੇ ਹਾਂ, ਉਤਪਾਦਕ ਪੈਦਾ ਕਰਦੇ ਹੈਗੇ, ਜਿੱਥੇ ਕਣਕ ਚੌਲ ਅਤੇ ਕੋਟਨ ਦੀ ਗੱਲ ਆਉਂਦੀ ਹੈ, ਕਿਉਂਕਿ ਉਹ ਸਾਰਾ ਅਸੀਂ ਕੁਦਰਤੀ ਸਰੋਤਾਂ ਨਾਲ ਰਹਿੰਦੇ ਅਤੇ ਬਕਾਇਦਾ ਉਹ ਸਾਰਾ ਜਿਹੜਾ ਸਾਡਾ ਉਤਪਾਦਕ ਹੈਗਾ ਉਹ ਬਾਹਰਲੇ ਦੇਸ਼ਾਂ ਵੱਲ ਜਾਂਦਾ ਹੈਗਾ, ਹਾਲਾਂਕਿ ਉਹ ਸਾਨੂੰ ਪੇ ਕਰਕੇ ਲੈਣਾ ਪੈਂਦਾ ਹੈਗਾ। ਅਤੇ ਤੁਸੀਂ ਇਹ ਦੇਖੋ ਕਿ ਜਿਹੜਾ ਸਾਡਾ ਇੱਥੇ ਅਸੀਂ ਉਤਪਾਦ ਕਰਦੇ ਹੈਗੇ ਹਾਂ, ਅਤੇ ਜਦੋਂ ਪਾਣੀ ਦੀ ਗੱਲ ਆਉਂਦੀ ਉਹਦਾ ਬਕਾਇਦਾ ਵੀ ਸਾਨੂੰ ਲੈਣਾ ਚਾਹੀਦਾ ਹੈਗਾ, ਜੇ ਉਹ ਕੁਦਰਤੀ ਸਰੋਤਾਂ ਦਾ ਪੈਸਾ ਲੈਂਦੇ ਹੈਗੇ ਤਾਂ। ਦੇਖੋ ਇਹ ਤਾਂ ਸਾਰਿਆਂ ਨੂੰ ਪਤਾ ਕਿ ਕੋਲੇ ਦੇ ਪੈਸੇ ਵੀ ਦਿੰਦੇ ਨੇ, ਜੇ ਕਿਸੇ ਕੋਈ ਵੀ ਚੀਜ਼ ਆਉਂਦੀ ਉੱਥੋਂ ਸਾਰੀ ਚੀਜ਼ ਦਾ ਪੈਸਾ ਹਰੇਕ ਰਾਜ ਨੂੰ ਦਿੱਤਾ ਜਾਂਦਾ, ਇੱਥੇ ਸਟੇਟ ਦੀ ਉਹ ਚੀਜ਼ ਹੈਗੀ ਹੈ, ਲੋਅ ਬਣਿਆ ਹੋਇਆ। ਰਾਇਪੀਰੀਅਨ ਲੋਅ ਦੇ ਤਹਿਤ ਪਾਣੀ ਦੇ ਮਸਲੇ ਦੇ ਉੱਤੇ ਜੇ ਅਸੀਂ ਗੱਲ ਕਰਦੇ ਹਾਂ ਕਿ ਸਾਡਾ ਜਿਹੜਾ ਪੈਸਾ ਤੁਹਾਡੇ ਵੱਲ ਰਹਿੰਦਾ ਹੈ, ਰਾਜਸਥਾਨ ਦੇ, ਹਰਿਆਣੇ ਦੇ, ਦਿੱਲੀ ਦੇ, ਜਿਹੜਾ ਪੈਸਾ ਰਹਿੰਦਾ ਉਹ ਸਾਨੂੰ ਦੇਣਾ ਚਾਹੀਦਾ, ਪਰ ਉਹ ਦੇਣਾ ਕਿਹਨੇ? ਸਰਕਾਰਾਂ ਦੇ ਨਾਲ ਰਲੀਆਂ ਹੋਈਆਂ ਦੇਣਾ ਕਿਹਨੇ? ਕਿ ਅਕਾਲੀ ਅਤੇ ਕਾਂਗਰਸੀ ਵੀ ਉਸ ਮੀਟਿੰਗ ਦੇ ਵਿੱਚ ਇਹ ਗੱਲ ਬੋਲ ਰਹੇ ਨੇ ਕਿ ਪੰਜਾਬ ਦੇ ਵਿੱਚ ਪਾਣੀ ਤਾਂ ਪਹਿਲਾਂ ਹੀ ਘੱਟ ਹੈਗਾ, ਪਰ ਐਕਸ ਵਾਈ ਐਲ ਨੂੰ ਉਹ ਕੋਈ ਉੱਤੇ ਧਿਆਨ ਨਹੀਂ ਦੇ ਰਹੇ, ਉਸ 'ਤੇ ਕੋਈ ਵਿਚਾਰ ਵਟਾਂਦਰਾ ਨਹੀਂ ਕਰ ਰਹੇ। ਇਹ ਤਾਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਕਿ ਐਸ ਵਾਈ ਐਲ ਤਾਂ ਸਿਆਸਤ ਹੈ, ਕਦੇ ਇਹਨਾਂ ਨੇ ਖੇਲਣੀ ਹੈ ਕਦੇ ਉਹਨਾਂ ਨੇ ਖੇਲਣੀ ਹੈ, ਕੋਈ ਤੀਜੀ ਧਿਰ ਆਜੂਗੀ। ਪੰਜਾਬ ਨੂੰ ਵੀ ਧੋਖੇ ਵਿੱਚ ਰੱਖ ਰਹੇ ਨੇ ਉਹ, ਜਿਹੜਾ ਸਾਡੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਵੀ ਧੋਖੇ 'ਚ ਰੱਖਿਆ ਜਾ ਰਿਹਾ ਹੈਗਾ ਮੀਟਿੰਗਾਂ ਕਰਵਾ ਕੇ। ਇਹ ਧੋਖਾ ਅੱਜ ਦਾ ਥੋੜ੍ਹੀ ਹੋ ਰਿਹਾ, ਜਿਹੜੀ ਖਾੜਕੂ ਲਹਿਰ ਸ਼ੁਰੂ ਹੋਈ ਸੀ ਉਸ ਦੇ ਵਿੱਚ ਕੀ ਐਸ ਵਾਈ ਐਲ ਦਾ ਮੁੱਦਾ ਨਹੀਂ ਸੀ ਚੱਲਦਾ ਕਿ ਖਾੜਕੂ ਸਿੰਘਾਂ ਨੂੰ ਇਸ ਮਸਲੇ ਦੇ ਉੱਤੇ ਪਾਣੀਆਂ ਦੇ ਮਸਲੇ ਦੇ ਉੱਤੇ ਨਹਿਰਾਂ 'ਚ ਪਾੜਾਂ ਨਹੀਂ ਪਾਣੀਆਂ ਪਈਆਂ। ਇਹ ਇੱਦਾਂ ਹੀ ਸਿਆਸਤ ਚੱਲਦੀ ਰਹਿਣੀ ਹੈ, ਇਹਦਾ ਨਿਪਟਾਰਾ ਕਿਸੇ ਨੇ ਆ ਕੇ ਕਰਨਾ, ਉਹ ਦੇਖੋ ਕਦੋਂ ਕਰਦੇ ਨੇ। ਅਸੀਂ ਪੰਜਾਬ ਦੇ ਮਸਲਿਆਂ ਦੀ ਗੱਲ ਕਰੀਏ, ਉੱਥੇ ਪੰਜਾਬ ਦੇ ਬਾਹਰ ਵੀ ਕਈ ਜਿਹੜੇ ਮਸਲੇ ਹੈਗੇ, ਚਾਹੇ ਅਸੀਂ ਦਿੱਲੀ ਦੇ ਵਿੱਚ ਨੌਜਵਾਨਾਂ ਦੀ ਕੁੱਟਮਾਰ ਦੀ ਗੱਲ ਕਰੀਏ, ਉਸਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਕਿਸ ਨਜ਼ਰੀਏ ਨਾਲ ਦੇਖਣਾ ਜੀ, ਕਾਨੂੰਨ ਇੱਥੋਂ ਖਤਮ ਹੋ ਚੁੱਕਿਆ ਜੀ, ਇੱਥੋਂ ਤਾਂ ਹੁਣ ਤਾਂ ਭੈ ਜੀ ਆਉਂਦੀ ਹੈ ਇਸ ਦੇਸ਼ ਦੇ ਵਿੱਚ ਰਹਿੰਦੇ ਹੋਏ, ਇੱਕ ਭੈ ਮਹਿਸੂਸ ਹੁੰਦੀ ਹੈ ਹਰੇਕ, ਇਕੱਲੀ ਸਾਨੂੰ ਨਹੀਂ ਹਰੇਕ ਬੰਦੇ ਨੂੰ, ਪਹਿਲਾਂ ਤਾਂ ਸਿੱਖਾਂ ਨੂੰ ਹੁੰਦੀ ਸੀ, ਹੁਣ ਮੁਸਲਮਾਨਾਂ ਦੇ ਉੱਤੇ ਆ ਕੇ ਇਸ ਦੀ ਤਲਵਾਰ ਗਿਰ ਗਈ ਹੈ। ਹੁਣ ਨਾਗਰਿਕਤਾ ਕਾਨੂੰਨ ਦੇ ਵਿੱਚ ਮੁਸਲਮਾਨਾਂ ਨੂੰ ਬਾਹਰ ਰੱਖਣਾ, ਉਹ ਸਾਫ਼ ਸਾਫ਼ ਦਰਸਾਉਂਦਾ ਸਰਕਾਰ ਦੀ ਕੀ ਸੋਚ ਆ, ਇਹ ਸੋਚ ਕਿੱਧਰ ਨੂੰ ਤੁਰ ਰਹੀ ਹੈ। ਪਹਿਲਾਂ ਗਾਵਾਂ ਦੇ ਮਸਲੇ ਦੇ ਉੱਤੇ ਕਿਸੇ ਨੂੰ ਵੀ ਚੱਕ ਕੇ ਕੁੱਟ ਦੇਣਾ, ਫਿਰ ਉਸ ਤੋਂ ਬਾਅਦ ਹੁਣ ਇਹ ਨਾਗਰਿਕਤਾ ਕਾਨੂੰਨ। ਤੁਸੀਂ ਦੇਖੋ ਕਿ ਹਿੰਦੂਵਤ ਦਾ ਰਾਜ ਕਾਇਮ ਕਰਨ ਦੀ ਗੱਲ ਕਰ ਰਹੀ ਹੈ ਕੇਂਦਰੀ ਸਰਕਾਰ, ਕਿ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ, ਜਾਂ ਅਸੀਂ ਐੱਨ ਆਰ ਸੀ ਦਾ ਮਸਲਾ ਲੈ ਲਈਏ, ਉਹਦੇ ਵਿੱਚ ਵੀ ਦੱਸਿਆ ਗਿਆ ਹੈ ਕਿ ਜਿਹੜੇ ਸਿਟੀਜ਼ਨ ਉਹਨਾਂ ਨੂੰ ਇੰਪਰੂਵ ਕਰਨਾ, ਅਪਰੂਵਲ ਕਰਨਾ ਪਊਗਾ ਕਿ ਅਸੀਂ ਇੱਥੋਂ ਦੇ ਨਾਗਰਿਕ ਹੈਗੇ ਹਾਂ, ਪਰ ਦੇਖੋ ਆਧਾਰ ਕਾਰਡ ਵੀ ਨਹੀਂ ਮੰਨਦੇ, ਨਾਲ ਹੀ ਪੈਨ ਕਾਰਡ ਹੋ ਗਿਆ ਜਾਂ ਪਾਸਪੋਰਟ ਹੋ ਗਿਆ, ਇੱਦਾਂ ਦੀਆਂ ਚੀਜ਼ਾਂ ਨੂੰ ਤਾਂ ਉਹ ਮੰਨਦੇ ਨਹੀਂ, ਤਾਂ ਫਿਰ ਕਿੱਦਾਂ ਦੀ ਸਿਟੀਜ਼ਨ 'ਚ ਆਉਣਗੇ ਉਹ? ਦੇਖੋ ਜਿਹਦਾ ਰਾਜ ਹੁੰਦਾ ਨਾ, ਉਹ ਜਿਹੜੀ ਚੀਜ਼ ਕਹੂਗਾ ਤੁਹਾਨੂੰ ਉਹ ਪੇਸ਼ ਕਰਨੀ ਪਊਗੀ, ਭਾਵੇਂ ਉਹ ਪਾਸਪੋਰਟ ਹੋਵੇ, ਆਧਾਰ ਕਾਰਡ ਹੋਵੇ, ਰਾਸ਼ਨ ਕਾਰਡ ਹੋਵੇ, ਕੁਝ ਵੀ ਹੋਵੇ। ਜਦੋਂ ਅਗਲੇ ਨੇ ਕਹਿਤਾ ਕਿ ਸਾਨੂੰ ਇਹ ਨਹੀਂ ਚੀਜ਼ ਚਾਹੀਦੀ, ਇਹ ਚੀਜ਼ ਨਹੀਂ ਮੰਨਣੀ, ਉਹਨਾਂ ਨੇ ਜਿਹੜੇ ਟਾਈਮ ਦਾ ਪਰੂਫ ਤੁਹਾਡੇ ਤੋਂ ਮੰਗਿਆ ਤੁਹਾਨੂੰ ਦਿਖਾਉਣਾ ਪਊਗਾ। ਇਹਦੇ ਵਿੱਚ ਇਹ ਆ ਕਿ ਜਿਹੜੇ ਅਮੀਰ ਹੋਣਗੇ ਉਹ ਤਾਂ ਬਣਵਾ ਲੈਣਗੇ, ਜਿਵੇਂ ਹੋਰ ਵੀ ਨਿਊਜ਼ ਚੈਨਲ ਕਹਿੰਦੇ ਫਿਰਦੇ ਆ, ਦਿਖਾਉਣਾ ਸਾਫ਼ ਸਾਫ਼ ਚਿਹਰੇ ਤੁਹਾਨੂੰ ਦਿਖਾਉਣੇ ਤਾਂ ਸੋਸ਼ਲ ਮੀਡੀਆ ਦਿਖਾ ਰਿਹਾ ਅੱਜ ਟਾਈਮ 'ਚ, ਬਾਕੀ ਮੀਡੀਆ ਤਕਰੀਬਨ ਵਿਕ ਚੁੱਕਿਆ ਆ। ਸੋਸ਼ਲ ਮੀਡੀਆ ਦੇ ਉੱਤੇ ਆਉਂਦੀਆਂ ਖਬਰਾਂ ਜਿਹੜੀਆਂ ਉਹਨਾਂ ਦੇ ਵਿੱਚ ਵੀ ਬੜੀ ਪਰਖ ਕਰਨ ਦੀ ਲੋੜ ਹੈ, ਕੋਖ ਕਰਨ ਦੀ ਲੋੜ ਹੈ। ਕਿਸ ਤੁਸੀਂ ਦੇਖਿਆ ਹੋਣਾ ਕਿ ਮੋਦੀ ਕਹਿ ਰਿਹਾ ਕਿ ਕੋਈ ਐੱਨ ਆਰ ਸੀ ਨਹੀਂ ਲਾਗੂ ਕੀਤੀ ਗਈ, ਕੋਈ ਇੱਦਾਂ ਦਾ ਜਿਹੜਾ ਅਸੀਂ ਬਣਾ ਰਹੇ ਹਾਂ ਕਾਨੂੰਨ ਬਣਾ ਰਹੇ ਉਹ ਬਿਲਕੁਲ ਨਹੀਂ, ਉਹ ਤਾਂ ਬਿਲਕੁਲ ਜਾਣੂ ਹੀ ਨਹੀਂ ਹੈਗੇ ਇਸ ਚੀਜ਼ ਤੋਂ। ਇਹ ਤਾਂ ਮਾਇੰਡ ਨੂੰ ਡਾਇਵਰਟ ਕਰਨ ਦੀ ਗੱਲ ਹੁੰਦੀ ਆ ਵੀ ਇੱਕ ਜਣਾ ਇੱਧਰੋਂ ਆਪਣੀ ਬਾਜੀ ਚੱਲਦਾ ਰਹੇ ਅਤੇ ਦੂਜਾ ਕਹੀ ਜਾਓ ਨਹੀਂ ਇਸ ਤਾਂ ਕੁਝ ਨਹੀਂ ਕਰਦੇ, ਇਹ ਸਿਆਸਤ ਹੈ, ਇਹ ਇੱਦਾਂ ਹੀ ਚੱਲਦੀ ਰਹਿਣੀ ਆ।
ਦਰਸ਼ਕੋ, ਅਸੀਂ ਧੰਨਵਾਦ ਕਰਦੇ ਹਾਂ ਮਿਹਰਦੀਪ ਸਿੰਘ ਦਾ, ਜਿਨ੍ਹਾਂ ਨੇ ਗੁਰਬਾਣੀ ਅਖੰਡ ਬਾਣੀ ਚੈਨਲ 'ਤੇ ਆ ਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਜਾਂਦੇ ਜਾਂਦੇ ਸਾਡੇ ਸਿੱਖ ਸੰਗਤ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਕੋਈ ਨਹੀਂ ਜੀ, ਬਸ ਜਾਗਰੂਕ ਰਹੋ। ਅਤੇ ਇੱਕੋ ਹੀ ਵਿਸ਼ੇ 'ਤੇ ਮੈਂ ਤੁਹਾਨੂੰ ਅੱਜ ਕਹਾਂਗਾ ਕਿ ਜਿਹੜੇ ਸਿੰਘਾਂ ਨੇ, ਵੀਰਾਂ ਨੇ ਐਡੀ ਵੱਡੀ ਕਦਮ ਚੱਕੇ ਨੇ ਅਤੇ ਉੱਥੇ ਬੁੱਤਾਂ ਦੀ ਆਪਣੇ ਬਿਹਾਫ 'ਤੇ ਤੋੜ ਭੰਨ ਕੀਤੀ ਆ, ਉਹਨਾਂ ਦੇ ਹੱਕ ਦੇ ਵਿੱਚ ਸਾਰੀ ਸੰਗਤ ਨੂੰ ਡਰਨਾ ਚਾਹੀਦਾ ਅਤੇ ਬਾਹਰ ਦੀ ਸੰਗਤ ਵੀ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰੇ। ਬਾਕੀ ਜਥੇਦਾਰ ਜੀ ਨੂੰ ਵੀ ਇਹ ਚੀਜ਼ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਹਾਂ ਉਹ ਵੀ ਸਿੰਘਾਂ ਦੇ ਜਿਹੜੇ ਉਹਨਾਂ 'ਤੇ ਕੇਸ ਝੂਠੇ ਕੇਸ ਧਾਰਾਵਾਂ ਲਾਈਆਂ ਗਈਆਂ ਨੇ, 307 ਦੀ ਧਾਰਾ, ਅਟੈਂਪਟ ਟੂ ਮਰਡਰ ਦੀ ਧਾਰਾ ਜਿਹੜੀ ਬੁੱਤ ਤੋੜਨ ਦੇ ਉੱਤੇ ਲਾਈ ਗਈ, ਧਾਰਾ ਲਾਈਆਂ ਗਈਆਂ ਹੈਗੀਆਂ, ਤੁਸੀਂ ਉਸ ਬਾਰੇ ਵੀ? ਹਾਂਜੀ, ਜਿਹੜੀਆਂ ਧਾਰਾਵਾਂ ਲੱਗੀਆਂ ਨੇ ਉਹ ਸਾਰੀਆਂ ਉਹਨਾਂ 'ਤੇ ਨਹੀਂ ਬਣਦੀਆਂ, ਉਹ ਸੈਕਸ਼ਨ ਅਲੱਗ ਅਲੱਗ ਨੇ, ਉਹ ਸਾਰੀਆਂ ਧਾਰਾਵਾਂ ਉਹਨਾਂ 'ਤੇ ਨਹੀਂ ਬਣਦੀਆਂ। ਦੇਖਿਆ ਜਾਵੇ ਤਾਂ ਉਹ ਧਾਰਾਵਾਂ ਜੇ ਕਿਸੇ ਬੰਦੇ ਨੂੰ ਕਤਲ ਕਰਦੇ ਤਾਂ ਉਹਨਾਂ 'ਤੇ ਲੱਗਦੀਆਂ। ਹੁਣ ਇਹ ਕਾਨੂੰਨ ਦੇ ਹੱਥ ਆ ਵੀ ਉਹਨਾਂ ਨੇ ਕੀ ਫੈਸਲਾ ਸੁਣਾਉਣਾ ਹੈ ਕੀ ਨਹੀਂ। ਵਾਕਿਆ ਦਰਸ਼ਕੋ, ਅਸੀਂ ਮਿਹਰ ਦੀ ਗੱਲ ਨਾਲ ਬਿਲਕੁਲ ਸਹਿਮਤ ਹੈਗੇ, ਕਿਉਂ ਦਰਸ਼ਕੋ ਸਾਡੇ ਨਾਲ ਮੀਡੀਆ ਦੇ ਸਟੂਡੈਂਟ ਮੌਜੂਦ ਹੈਗੇ ਅਤੇ ਨਾਲ ਹੀ ਸਾਡੇ ਲਵਪ੍ਰੀਤ ਕੌਰ ਜਿਹੜੀ ਕਿ ਮੀਡੀਆ ਸਟੂਡੈਂਟ ਹੈਗੀ ਆ ਅਤੇ ਅਮਨਪ੍ਰੀਤ ਕੌਰ ਹੈਗੇ ਆ, ਅਤੇ ਅਸੀਂ ਅੱਜ ਪਾਣੀਆਂ ਦਾ ਮਸਲਾ ਬੜਾ ਭਖਿਆ ਹੋਇਆ, ਜਿੱਥੇ ਪੂਰੀ ਅਸੀਂ ਦੱਸਦੇ ਹਾਂ ਕਿ ਪੰਜ ਦਰਿਆਵਾਂ 'ਤੇ ਸਰਬ ਸਾਂਝੀ ਜਿਹੜੀ ਮੀਟਿੰਗ ਹੋਈ ਸੀ, ਸਾਰੀਆਂ ਪਾਰਟੀਆਂ ਵੱਲੋਂ ਮੀਟਿੰਗ ਹੋਈ ਸੀ ਅਤੇ ਉਸੇ ਹੀ ਵਿਸ਼ੇ 'ਤੇ ਗੱਲਬਾਤ ਕਰ ਰਹੇ ਨੇ। ਅਤੇ ਲਵਪ੍ਰੀਤ ਕੌਰ ਜੀ, ਤੁਸੀਂ ਦੇਖਿਆ ਹੋਣਾ ਕਿ ਅੱਜ ਪੰਜਾਬ ਦੇ ਵਿੱਚ ਪੂਰਾ ਪਾਣੀਆਂ ਦਾ ਮਸਲਾ ਭਖਿਆ ਹੋਇਆ, ਤੁਸੀਂ ਉਸ ਬਾਰੇ ਥੋੜ੍ਹਾ ਸਾਨੂੰ ਜ਼ਰੂਰ ਜਾਣੂ ਕਰਵਾਓ ਕਿ ਕਿਉਂ ਇਹ ਮਸਲਾ ਭਖਿਆ ਹੋਇਆ। ਦੇਖੋ ਹਰਜੀਤ, ਕੱਲ੍ਹ ਆਲ ਪਾਰਟੀ ਮੀਟਿੰਗ ਹੋਈ ਸੀ, ਜਿਹੜੀ ਪਾਰਟੀ ਮੀਟਿੰਗ ਸੀਗੀ ਪਾਣੀਆਂ ਦੇ ਮਾਮਲੇ 'ਤੇ, ਅਤੇ ਇਹਦੇ ਵਿੱਚ ਕੀ ਹੋਇਆ ਕਿ ਸਾਰੀ ਪਾਰਟੀਆਂ ਨੂੰ ਸ਼ਾਮਿਲ ਕੀਤਾ ਗਿਆ, ਪਰ ਜਿਹੜੀ ਲੋਕ ਇਨਸਾਫ ਪਾਰਟੀ ਸੀ ਉਹਨੂੰ ਇਸ ਮੀਟਿੰਗ ਤੋਂ ਬਾਹਰ ਰੱਖਿਆ ਗਿਆ। ਅੱਗੇ ਵੀ ਅਗਰ ਆਪਾਂ ਦੇਖਿਆ ਜਾਵੇ ਤਾਂ ਜਿਹੜਾ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਨੇ ਸਿਮਰਜੀਤ ਸਿੰਘ ਬੈਂਸ, ਉਹਨਾਂ ਨੇ ਅੱਜ ਤੱਕ ਕੀ ਆ ਬਹੁਤ ਸਟ੍ਰਾਈਕਾਂ ਕੀਤੀਆਂ ਨੇ ਪਾਣੀ ਦੇ ਮਸਲੇ 'ਤੇ। ਉਹ ਚਾਹੁੰਦੇ ਨੇ ਕਿ ਜਿਹੜਾ ਆਪਣਾ ਪੰਜਾਬ ਦਾ ਪਾਣੀ ਹੈ ਉਹ ਹੋਰ ਸਟੇਟਾਂ ਦੇ ਵਿੱਚ ਨਾ ਜਾਵੇ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਅੱਜ ਪਾਣੀ ਬਹੁਤ ਘੱਟ ਹੈ। ਹੁਣ ਅਗਰ ਤੁਸੀਂ ਦੇਖੋਗੇ ਤਾਂ ਆਪਣੇ ਪੰਜਾਬ ਦੇ ਵਿੱਚ 138 ਬਲਾਕ ਨੇ ਪੰਜਾਬ ਦੇ, ਅਤੇ 109 ਬਲਾਕ ਨੇ ਜਿਹੜੇ ਉਹ ਕੀ ਹੈ ਡਾਰਕ ਜ਼ੋਨ ਦੇ ਹੇਠਾਂ ਚਲੇ ਗਏ ਨੇ, ਉੱਥੇ ਕੀ ਹੈ ਬਿਲਕੁਲ ਵੀ ਪਾਣੀ ਨਹੀਂ ਹੈਗਾ। ਸੋ ਉਹ ਜਦੋਂ ਹੁਣ ਦੇਖਿਆ ਜਾਵੇ ਤਾਂ ਜਿਹੜੀ ਹੁਣ ਕੱਲ੍ਹ ਮੀਟਿੰਗ ਹੋਈ ਹੈ ਉਹਦੇ ਵਿੱਚ ਹੁਣ ਸਰਕਾਰਾਂ ਨੇ ਪੱਖ ਕੀ ਰੱਖਿਆ ਕਿ ਸਾਨੂੰ SYL ਨਹਿਰ ਜਿਹੜਾ ਸਾਡੇ ਪੰਜਾਬ ਦੇ ਵਿੱਚ ਪਾਣੀ ਹੈ ਉਹ ਕੀ ਹੈ ਬਹੁਤ ਘੱਟ ਹੈ, ਬਟ ਉੱਥੇ ਕਿਸੇ ਨੇ ਇਹ ਮੁੱਦਾ ਨਹੀਂ ਰੱਖਿਆ ਕਿ ਜਿਹੜੀ SYL ਨਹਿਰ ਆ ਉਹ ਨਹੀਂ ਬਣਾਉਣੀ ਚਾਹੀਦੀ। ਅਤੇ ਤੁਹਾਨੂੰ ਲੱਗਦਾ ਕਿ ਜੇ ਇਹ ਮੁੱਦਾ ਨਾ ਚੁੱਕਿਆ ਗਿਆ ਤਾਂ ਕਿਤੇ ਕੋਰਟ ਵੱਲੋਂ ਵੀ ਇਹੀ ਆਰਡਰ SYL ਜਿਹੜੀ ਨਹਿਰ ਉਹਦੇ ਹੱਕ ਵਿੱਚ ਆ ਸਕਦੇ ਨੇ? ਦੇਖੋ ਜੀ, ਮੇਰੇ ਹਿਸਾਬ ਨਾਲ ਤਾਂ ਜਿਹੜਾ ਆਪਣਾ ਪੰਜਾਬ ਦਾ ਪਾਣੀ ਹੈ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਕੀ ਹੈ ਬੁੱਧੂ ਬਣਾਇਆ ਜਾ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਸਾਰਾ ਪਾਣੀ ਆ ਉਹ ਹਰਿਆਣਾ ਅਤੇ ਰਾਜਸਥਾਨ ਸਟੇਟਾਂ ਨੂੰ ਜਾ ਰਿਹਾ। ਅਤੇ ਹੁਣ ਜਿਹੜਾ ਇਹ ਮੁੱਦਾ ਹੈ ਸੁਪਰੀਮ ਕੋਰਟ ਕੀ ਹੈ ਆਖਰੀ ਇੱਕ ਫੈਸਲਾ ਹੁੰਦਾ ਸੁਪਰੀਮ ਕੋਰਟ ਦਾ, ਜਿਹੜਾ ਉਹ ਕਰ ਦਿੰਦੇ ਆ ਉਹ ਸਾਰਿਆਂ ਨੂੰ ਮੰਨਣਾ ਪੈਂਦਾ। ਸੋ ਮੇਰੇ ਹਿਸਾਬ ਨਾਲ ਅਗਰ ਸਾਡੀਆਂ ਸਰਕਾਰਾਂ ਇਹ ਮੁੱਦਾ ਨਹੀਂ ਚੱਕਣਗੀਆਂ ਪਾਣੀ ਦਾ ਤਾਂ ਸਾਡਾ ਪੰਜਾਬ ਕੀ ਹੈ ਬਿਲਕੁਲ ਹੀ ਕੀ ਹੈ ਸੰਘਰਸ਼ ਕਰੂਗਾ, ਅਗਲੇ 20 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਪਾਣੀ ਬਿਲਕੁਲ ਹੀ ਖਤਮ ਹੋ ਜਾਊਗਾ। ਇੱਥੇ ਇਹ ਵੀ ਗੱਲਾਂ ਸੁਣਨ ਨੂੰ ਆ ਰਹੀਆਂ ਕਿ ਜੇ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਤਾਂ ਇਹਦੀ ਖੁਦਾਈ ਸ਼ੁਰੂ ਹੋ ਸਕਦੀ ਹੈਗੀ, ਉਸ ਬਾਰੇ ਤੁਸੀਂ ਕੀ ਕਹੋਗੇ? ਦੇਖੋ ਜੀ, ਅਗਰ ਆਪਾਂ ਪੁਰਾਣੀ ਹਿਸਟਰੀ ਦੇ ਵਿੱਚ ਜਾਈਏ ਤਾਂ ਕਪੂਰੀ ਦੇ ਨੇੜੇ SYL ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਉਹ ਨੀਂਹ ਪੱਥਰ ਰੱਖਿਆ ਸੀ ਇੰਦਰਾ ਗਾਂਧੀ ਵੱਲੋਂ, ਅਤੇ ਉਸ ਟਾਈਮ ਜਿਹੜੇ ਅਮਰਿੰਦਰ ਸਿੰਘ ਸੀਗੇ ਉਹ ਵੀ ਉੱਥੇ ਕੀ ਸੀਗੇ ਸ਼ਾਮਿਲ ਸੀਗੇ ਨੀਂਹ ਪੱਥਰ ਦੇ ਟਾਈਮ। ਅਤੇ ਹੁਣ ਅਗਰ ਆਪਾਂ ਦੇਖਿਆ ਜਾਵੇ ਤਾਂ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ 1980 ਦੇ ਵਿੱਚ ਟਿਊਬਵੈੱਲਾਂ ਦੀ ਗਿਣਤੀ ਸਿਰਫ 6 ਲੱਖ ਸੀ, ਬਟ ਅੱਜ ਕੱਲ੍ਹ ਕੀ ਹੋ ਰਿਹਾ ਟਿਊਬਵੈੱਲਾਂ ਦੀ ਗਿਣਤੀ ਵੱਧ ਗਈ, ਉਹਦੇ ਨਾਲ ਕੀ ਹੋਇਆ ਟਿਊਬਵੈੱਲਾਂ ਦੇ ਕਰਕੇ ਪਾਣੀ ਦਾ ਪੱਧਰ ਨੀਚੇ ਜਾ ਰਿਹਾ,
ਤਾਂ ਹੁਣ ਇੱਕ ਹੋਰ ਗੱਲ ਮੈਂ ਵਿੱਚ ਐਡ ਆਨ ਕਰਨਾ ਚਾਹਾਂਗੀ ਕਿ ਜਿਵੇਂ ਆਪਣੇ ਬੁੱਧੀਜੀਵੀ ਵਰਗ ਹੈ, ਬੁੱਧੀਜੀਵੀ ਵਰਗ ਦੇ ਵਿੱਚ ਆਪਣੇ ਐਡਵੋਕੇਟ ਆ ਜਾਂਦੇ ਆ, ਪ੍ਰੋਫੈਸਰ ਆ ਜਾਂਦੇ ਆ, ਅਤੇ ਅਗਰ ਇਹ ਪੰਜਾਬ ਦੇ ਲਈ ਆਵਾਜ਼ ਉਠਾਉਂਦੇ ਨੇ ਪਾਣੀਆਂ ਦੇ ਮਸਲੇ 'ਤੇ, ਸਰਕਾਰ ਕੀ ਕਰਦੀ ਹੈ, ਉਹਨਾਂ ਨੂੰ ਝਾਂਸੇ ਦੇ ਵਿੱਚ ਪਾਉਂਦੀ ਹੈ, ਸਰਕਾਰ ਉਹਨਾਂ ਨੂੰ ਨੌਕਰੀਆਂ ਦੇ ਲਈ ਝਾਂਸੇ ਦੇ ਵਿੱਚ ਪਾਉਂਦੀ ਹੈ ਅਤੇ ਉਹਨਾਂ ਦਾ ਕੀ ਹੈ, ਮੂੰਹ ਬੰਦ ਕਰਵਾ ਦਿੰਦੀ ਹੈ। ਵਾਕਿਆ ਦਰਸ਼ਕੋ, ਅਸੀਂ ਦੱਸਣਾ ਚਾਹੁੰਦੇ ਕਿ ਜੇ ਸੁਪਰੀਮ ਕੋਰਟ ਨੇ ਵੀ ਇਹ ਆਰਡਰ ਜਾਰੀ ਕਰ ਦਿੱਤੇ ਤਾਂ ਤੁਹਾਨੂੰ ਪਤਾ ਹੈ ਕਿ ਜੇ ਅਸੀਂ ਕਸ਼ਮੀਰ ਦਾ ਮਸਲਾ ਲੈ ਲਈਏ, ਨਾਲ ਹੀ ਅਸੀਂ ਪੰਜਾਬ ਦਾ ਮਸਲਾ ਲਈਏ, ਕਿ ਜਦੋਂ ਵੀ ਕਿਤੇ ਨਾ ਕਿਤੇ ਕੋਈ ਸੰਘਰਸ਼ ਚੱਲਦਾ ਸੀ ਤਾਂ ਜਿਹੜੀ ਆ ਕੇਂਦਰੀ ਸਰਕਾਰ ਹੈਗੀ, ਉਹ ਆਪਣੀਆਂ ਫੌਜ ਲਗਾ ਕੇ ਕੁਛ ਵੀ ਕਰਵਾ ਸਕਦੀ, ਚਾਹੇ ਉਹ ਕਸ਼ਮੀਰ ਨੂੰ ਬੰਦ ਕਰਵਾਉਣ 'ਤੇ ਨੈੱਟ ਬੰਦ ਕਰਵਾਤਾ, ਜਲ ਸਪਲਾਈ ਕਿੰਨਾ ਹੀ ਕੁਝ ਉੱਥੇ ਦੇਖਣ ਨੂੰ ਮਿਲ ਰਿਹਾ, ਅਤੇ ਉਹ ਸਿਰਫ ਫੋਰਸ ਲਗਾ ਕੇ ਹੀ ਉਹਨਾਂ ਨੇ ਇਹ ਜਿਹੜਾ ਕਾਰਜ ਉਹ ਕੀਤਾ ਸੀਗਾ। ਅਤੇ ਨਾਲ ਹੀ ਅਸੀਂ ਦੱਸਣਾ ਚਾਹੀਏ ਕਿ ਜੇ ਸੁਪਰੀਮ ਕੋਰਟ ਦਾ ਆਰਡਰ ਆ ਗਿਆ ਤਾਂ ਸ਼ਾਇਦ ਪਾਣੀ ਦਾ ਮਸਲਾ, ਜਿਹੜਾ ਪਾਣੀ ਹੈ, ਸਾਡੇ ਹੱਥੋਂ ਚਲਾ ਜਾਊਗਾ, ਕਿਉਂਕਿ ਉਹ ਖੁਦਾਈ ਵੀ ਉੱਥੇ ਸ਼ੁਰੂ ਕਰ ਸਕਦੇ ਨੇ। ਅਤੇ ਸਾਡੀ ਨਾਲ ਹੀ ਅਮਨਪ੍ਰੀਤ ਕੌਰ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਕਿ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੇ ਅਸੀਂ 1947 ਤੋਂ ਹੀ ਲੈ ਕੇ ਗੱਲ ਕਰ ਲਈਏ ਤਾਂ 17 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਸੀਗਾ ਅਤੇ ਜਿਹੜਾ ਕਿ ਹੁਣ 13 ਮਿਲੀਅਨ ਫੁੱਟ ਹੀ ਰਹਿ ਚੁੱਕਾ ਹੈ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋ? ਦੇਖੋ ਜੀ, ਇਹ ਤਾਂ ਸਰਕਾਰਾਂ ਨੂੰ ਪਹਿਲਾਂ ਤੋਂ ਚਾਹੀਦਾ ਸੀਗਾ ਕਿ ਜੋ ਆਪਣੇ ਕੋਲ ਸਾਧਨ ਮੁਹੱਈਆ ਹੈਗੇ ਨੇ, ਜਿਵੇਂ ਕਿ ਕੁਦਰਤੀ ਸਰੋਤਾਂ ਤੋਂ ਸਾਨੂੰ ਪਾਣੀ ਮਿਲ ਰਿਹਾ ਹੈ ਦਰਿਆਵਾਂ ਦਾ, ਉਸ ਦੇ ਨਾਲ ਜੋ ਸਿੰਚਾਈ ਜਿਹੜੀ ਕਰਨੀ ਚਾਹੀਦੀ ਸੀਗੀ, ਪਰ ਹੁਣ ਜਿਹੜਾ ਬਿਲਕੁਲ ਹੀ ਜਿਹੜੀ ਸਿੰਚਾਈ ਜਿਹੜੀ ਸਾਡੀ ਕਾਫੀ ਹੱਦ ਤੱਕ ਜੋ ਟਿਊਬਵੈੱਲਾਂ ਦੇ ਉੱਤੇ ਨਿਰਭਰ ਹੈ, ਤਾਂ ਅਸੀਂ ਧਰਤੀ ਹੇਠਲਾ ਪਾਣੀ ਜਿਹੜਾ ਲਗਾਤਾਰ ਮੁਕਾ ਰਹੇ ਹਾਂ, ਇਹਦੇ ਨਾਲ ਫਰਕ ਤਾਂ ਜੋ ਪੈ ਰਿਹਾ ਹੈ ਅਤੇ ਹੌਲੀ ਹੌਲੀ ਪਾਣੀ ਦਾ ਲੈਵਲ ਕਾਫੀ ਨੀਚੇ ਚਲਾ ਗਿਆ ਹੈ। 2.5 ਦਰਿਆਵਾਂ ਦਰਿਆ ਜਿਹੜੇ ਪੰਜਾਬ ਨੂੰ ਆਉਂਦੇ ਨੇ, ਤੁਸੀਂ ਦੇਖਿਆ ਹੋਣਾ ਕਿ ਜੇ ਉਹ ਜੋ ਦਰਿਆ ਪੰਜਾਬ ਦੇ ਵਿੱਚੋਂ ਲੰਘ ਰਿਹਾ, ਤੁਹਾਨੂੰ ਲੱਗਦਾ ਕਿ ਉੱਧਰ ਹਰਿਆਣੇ ਦੀ ਸਟੇਟ ਲੱਗਦੀ ਹੈ ਜਾਂ ਦਿੱਲੀ ਦੀ ਸਟੇਟ ਲੱਗਦੀ ਹੈ, ਜਾਂ ਸਾਨੂੰ ਜਿਸ ਤਰ੍ਹਾਂ ਸਾਨੂੰ ਉਹਨਾਂ ਨੂੰ ਪਾਣੀ ਦੇਣਾ ਚਾਹੀਦਾ? ਕੀ ਕਹੋਗੇ ਤੁਸੀਂ ਉਸ ਬਾਰੇ? ਨਹੀਂ ਜੀ, ਬਿਲਕੁਲ ਵੀ ਉਹਨਾਂ ਦਾ ਕੋਈ ਹੱਕ ਨਹੀਂ ਬਣਦਾ, ਕਿਉਂਕਿ ਜੇ SYL ਦੀ ਖੁਦਾਈ ਕਰਦੇ ਹੈ ਤਾਂ ਉਹਨਾਂ ਨੂੰ ਪਾਣੀ ਦਿੱਤਾ ਜਾਂਦਾ ਹੈ। ਇਹਦੇ ਨਾਲ ਜਿਹੜਾ ਸਾਡੀ ਸਿੰਜਾਈ ਹੈ ਅਤੇ ਇਹਦੇ 'ਤੇ ਕਾਫੀ ਪ੍ਰਭਾਵ ਪਊਗਾ। ਇਸ ਦੇ ਨਾਲ ਜੇ ਕਿਸੇ ਸਟੇਟ ਨੂੰ ਪਾਣੀ ਦੇਣਾ ਹੈ ਤਾਂ ਉਹਦੇ ਪੈਸੇ ਜਿਹੜੇ ਵਸੂਲੇ ਜਾਣੇ ਚਾਹੀਦੇ, ਕਿਉਂਕਿ ਪੰਜਾਬ ਨੂੰ ਕੋਈ ਵੀ ਚੀਜ਼ ਮੁਫਤ ਨਹੀਂ ਮਿਲਦੀ ਹੋਰ ਸਟੇਟਾਂ ਤੋਂ, ਇਸ ਲਈ ਸਾਨੂੰ ਵੀ ਉਹਨਾਂ ਤੋਂ ਪਾਣੀ ਦੇ ਪੈਸੇ ਲੈਣੇ ਚਾਹੀਦੇ ਨੇ। ਬਿਲਕੁਲ, ਬਹੁਤ ਵਧੀਆ ਗੱਲ ਕਹੀ ਹੈ ਅਮਨਪ੍ਰੀਤ ਕੌਰ ਨੇ। ਜਿੱਥੇ ਅਸੀਂ ਗੱਲ ਕਰੀਏ ਕਿ ਚਾਹੇ ਅਸੀਂ ਕੋਈ ਵੀ ਖੇਤੀਬਾੜੀ ਇੱਥੇ ਕੀਤੀ ਜਾਂਦੀ, ਪਰ ਉਹਦਾ ਜੋ ਵੀ ਉਤਪਾਦਨ ਹੁੰਦਾ ਉਹ ਦੂਸਰੀਆਂ ਸਟੇਟਾਂ 'ਚ ਜਾਂਦਾ ਹੈਗਾ, ਚਾਹੇ ਉਹ ਚੌਲਾਂ ਦੀ ਗੱਲ ਹੋਈਏ, ਕੋਟਨ ਦੀ ਗੱਲ ਹੋਵੇ, ਤਾਂ ਬਹੁਤ ਹੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਕਿਸੇ ਕੁਦਰਤੀ ਸਰੋਤਾਂ ਤੋਂ ਬਿਜਾਈ ਵਾਸਤੇ ਯੂਜ਼ ਕਰਦੇ ਹੈਗੇ, ਵਰਤ ਰਹੇ ਹਾਂ, ਅਤੇ ਫਿਰ ਅਸੀਂ ਕਿਉਂ ਪਾਣੀ ਉਹਨਾਂ ਨੂੰ ਮੁਫਤ ਦੇ ਦਈਏ? ਅਤੇ ਤੁਸੀਂ ਦੇਖਿਆ ਹੋਣਾ ਕਿ ਹਾਲ ਹੀ ਇੱਕ ਮੁੱਦਾ ਹੋਰ ਭਖਿਆ ਸਾਡੇ ਸਾਹਮਣੇ ਆਇਆ ਕਿ ਜਿਹੜੇ ਸਿੱਖ ਹੈਰੀਟੇਜ ਦੇ ਸਟਰੀਟ ਹੈਗੀਆਂ ਉਹਨਾਂ ਦੇ ਲੱਗੇ ਬੁੱਤਾਂ ਦਾ ਮਸਲਾ ਸਾਹਮਣੇ ਆਇਆ ਸੀ ਕਿ ਜਿਹੜੇ 9 ਨਿਹੰਗ ਸਿੰਘਾਂ ਵੱਲੋਂ ਬੁੱਤ ਤੋੜ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ 307 ਧਾਰਾ ਲਗਾ ਦਿੱਤੀ ਗਈ, ਉਸ ਬਾਰੇ ਕੀ ਕਹੋਗੇ ਤੁਸੀਂ? ਦੇਖ ਰਹੇ ਹੋ ਕਿ ਜਗ੍ਹਾ ਜਗ੍ਹਾ ਉਸੇ ਹੀ ਜਿਹੜਾ ਚੀਜ਼ ਦਾ ਪ੍ਰਚਾਰ ਕੀਤਾ ਜਾ ਰਿਹਾ, ਰੋਸ ਦਿਖਾਇਆ ਜਾ ਰਿਹਾ, ਤੁਸੀਂ ਕੀ ਕਹੋਗੇ ਆਪਣੇ ਬਾਰੇ? ਦੇਖੋ, ਪਹਿਲਾਂ ਹੀ ਇਹਨਾਂ ਨੂੰ ਜੋ ਸੋਚਣਾ ਚਾਹੀਦਾ ਸੀ ਕਿ ਬੁੱਤ ਲਗਾਉਣ ਤੋਂ ਕਿ ਸਾਡੇ ਕਲਚਰ ਦੇ ਨਾਲ, ਜਾਂ ਇੱਕ ਉੱਥੇ ਹਰਿਮੰਦਰ ਸਾਹਿਬ ਦੇ ਨੇੜੇ ਤੇੜੇ ਅਸੀਂ ਲਗਾ ਰਹੇ ਹਾਂ ਤਾਂ ਕੋਈ ਧਾਰਮਿਕ ਜਾਂ ਕਿਸੇ ਸ਼ਹੀਦਾਂ ਦੀ ਜਿਹੜੇ ਬੁੱਤ ਨੇ ਲਗਾਉਣੇ ਚਾਹੀਦੇ ਸੀ, ਪਰ ਇਹਨਾਂ ਨੇ ਜੋ ਹੈ ਨਾਚ ਕਰਨ ਵਾਲੇ ਭੰਗੜਾ ਗਿੱਧਾ ਉਹਨਾਂ ਦੇ ਲਗਾਏ ਜੋ ਸਾਡੇ ਸੱਭਿਆਚਾਰ ਦੇ ਨਾਲ ਸੰਬੰਧਿਤ ਨੀਗੇ, ਪਰ ਜੋ ਹੁਣ ਉਹਨਾਂ ਨੇ ਤੋੜੇ ਅਤੇ ਉਹਨਾਂ 'ਤੇ ਪਰਚੇ ਦਰਜ ਕੀਤੇ ਗਏ ਨੇ, ਕਿਉਂਕਿ ਸਿੱਖਾਂ ਦੇ ਨਾਲ ਪਹਿਲਾਂ ਤੋਂ ਹੀ ਧੱਕਾ ਹੁੰਦਾ ਆ ਰਿਹਾ, ਸਾਨੂੰ ਪਤਾ ਹੈ 84 ਦੇ ਵਿੱਚ ਵੀ ਕਾਫੀ ਕੁਛ ਹੋਇਆ ਹੈ, ਉਸੇ ਤਰ੍ਹਾਂ ਹੁਣ ਵੀ ਹਮੇਸ਼ਾ ਤੋਂ ਹੀ ਇਸੇ ਤਰ੍ਹਾਂ ਉਹਨਾਂ ਨਾਲ ਧੱਕਾ ਹੁੰਦਾ ਰਹੇ, ਤਾਂ ਵਿਰੋਧ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ।
ਤੇ ਹੁਣ ਤੁਸੀਂ ਦੇਖਿਆ ਹੋਣਾ ਕਿ ਹਾਲ ਹੀ ਜਥੇਦਾਰ ਦਾ ਵੀ ਬਿਆਨ ਆਇਆ ਲਵਪ੍ਰੀਤ ਕੌਰ ਜੀ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਇਹਨਾਂ ਨੂੰ ਪਹਿਲਾਂ ਨਹੀਂ ਬੋਲਣਾ ਚਾਹੀਦਾ ਜਦੋਂ ਮੰਗ ਪੱਤਰ ਦਿੱਤਾ ਗਿਆ ਸੀ? ਦੇਖੋ ਜੀ, ਜਿਵੇਂ ਕਿ ਹੁਣ ਆਪਾਂ ਦੇਖ ਰਹੇ ਹਾਂ ਕਿ ਕੱਲ੍ਹ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਧਾਨ ਨੇ ਬਲਬੀਰ ਸਿੰਘ ਮੁੱਛਲ, ਉਹਨਾਂ ਨੇ ਕੀ ਆ ਉੱਥੇ ਸਿੱਖ ਜਥੇਬੰਦੀਆਂ ਦੇ ਨਾਲ ਉੱਥੇ ਕੀ ਹੈ ਧਰਨਾ ਲਾਤਾ, ਜਿੱਥੇ ਬੁੱਤ ਲਗਾਏ ਹੋਏ ਨੇ ਭੰਗੜੇ ਅਤੇ ਗਿੱਧੇ ਦੇ। ਅਤੇ ਹੁਣ ਕੀ ਹੈ, ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਹੁਣ ਕੀ ਹੈ ਟੁਕੜੀਆਂ ਦੇ ਵਿੱਚ ਐਵੇਂ ਉੱਥੇ ਧਰਨੇ ਲਾਉਂਦੇ ਰਹਾਂਗੇ ਜਦੋਂ ਤੱਕ ਇਹ ਬੁੱਤ ਹਟਾਏ ਨਹੀਂ ਜਾਂਦੇ ਜਾਂ ਇਹਨਾਂ ਨੂੰ ਢੱਕਿਆ ਨਹੀਂ ਜਾਂਦਾ। ਸੋ ਇਹਦੇ ਲਈ ਹੁਣ ਇੱਕ ਗੱਲ ਹੋਰ ਵੀ ਸਾਹਮਣੇ ਆ ਰਹੀ ਹੈ ਕਿ ਜਿਵੇਂ ਹੁਣ ਹਰਿਮੰਦਰ ਸਾਹਿਬ ਹੈ ਉਹ ਕੀ ਹੈ ਇੱਕ ਧਾਰਮਿਕ ਜਗ੍ਹਾ ਅਤੇ ਉਹਦੇ ਸਾਹਮਣੇ ਜਿਹੜੇ ਇਹ ਬੁੱਤ ਲਗਾਏ ਗਏ ਨੇ, ਅਤੇ ਆਪਾਂ ਹਰਿਮੰਦਰ ਸਾਹਿਬ ਦੀਆਂ ਅੰਮ੍ਰਿਤਸਰ ਦੀਆਂ ਜਿਹੜੀਆਂ ਗਲੀਆਂ ਨੇ ਉਹਨਾਂ ਦੇ ਵਿੱਚ ਦੇਖੀਏ ਤਾਂ ਉੱਥੇ ਕੀ ਹੈ ਕਲਚਰ ਦੇ ਹਿਸਾਬ ਨਾਲ ਧਾਰਮਿਕ ਉਹਨਾਂ ਨੂੰ ਬੁੱਤ ਲਾਉਣੇ ਚਾਹੀਦੇ ਆ ਜਦਕਿ ਉਹ ਨਹੀਂ ਲਾਏ ਗਏ। ਸੋ ਇਹ ਇੱਕ ਤਰ੍ਹਾਂ ਨਾਲ ਆਪਾਂ ਕੀ ਕਹਿ ਸਕਦੇ ਹਾਂ ਵੀ ਸਾਜ਼ਿਸ਼ ਹੈ, ਇਹ ਸਾਜ਼ਿਸ਼ ਦੇ ਤਹਿਤ ਇਹ ਬੁੱਤ ਲਗਾਏ ਗਏ ਨੇ ਭੰਗੜੇ ਅਤੇ ਗਿੱਧੇ ਦੇ। ਜਥੇਦਾਰ ਦਾ ਹੁਣ ਬੋਲਣਾ ਕਿੰਨਾ ਕੁ ਸਹੀ ਲੱਗਦਾ ਤੁਹਾਨੂੰ? ਦੇਖੋ ਜੀ, ਹੁਣ ਅਕਾਲ ਤਖ਼ਤ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੇ ਆਪਣੇ ਬਿਆਨ ਵੀ ਦਿੱਤੇ ਨੇ, ਪਰ ਹੁਣ ਜਦੋਂ ਸਿੱਖ ਜਥੇਬੰਦੀਆਂ ਉੱਥੇ ਧਰਨੇ ਲਾ ਰਹੀਆਂ ਨੇ ਹੁਣ ਬੋਲਣ ਦਾ ਕੀ ਫਾਇਦਾ ਜਦੋਂ ਪਹਿਲਾਂ ਹੀ ਜਦੋਂ ਹਾਂਜੀ ਅਤੇ ਹੁਣ ਜਿਹੜੇ 9 ਸਿੰਘ ਨੇ ਉਹਨਾਂ ਦੇ ਉੱਪਰ ਕੀ ਹੈ 307 ਧਾਰਾ ਲਾਗੂ ਕੀਤੀ ਗਈ ਹੈ ਵੀ ਉਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਮਰਡਰ ਕੀਤਾ ਹੈ ਬੁੱਤਾਂ ਦਾ, ਬਟ ਅਗਰ ਉੱਥੇ ਆਪਾਂ ਜਾ ਕੇ ਦੇਖੀਏ ਤਾਂ ਬੁੱਤਾਂ ਨੂੰ ਨੁਕਸਾਨ ਜ਼ਿਆਦਾ ਨਹੀਂ ਹੋਇਆ, ਸਿਰਫ ਕੀ ਹੈ ਜਿਹੜੇ ਧੜੇ ਨੇ ਉਹੀ ਭੰਨੇ ਗਏ ਨੇ। ਕਿ ਹੁਣ ਤੁਸੀਂ ਦੇਖਿਆ ਹੋਣਾ ਕਿ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਬਲਵੀਰ ਸਿੰਘ ਮੁੱਛਲ ਵੱਲੋਂ ਵੀ ਬਹੁਤ ਵੱਡਾ ਉਪਰਾਲਾ ਕੀਤਾ ਗਿਆ, ਜਿੱਥੇ 22 ਨੂੰ ਸੰਤੋਖ ਸਰ ਜਿਹੜੇ ਗੁਰਦੁਆਰਾ ਸਾਹਿਬ ਸੀ ਉਹਦੇ ਤੋਂ ਇੱਕ ਉਹਨਾਂ ਨੇ ਮੀਟਿੰਗ ਰੱਖੀ ਅਤੇ ਵੱਖ ਵੱਖ ਜਥੇਬੰਦੀਆਂ ਨੂੰ ਸੱਦਾ ਵੀ ਦਿੱਤਾ ਤਾਂ ਜੋ ਉਹ ਸਾਰੀ ਹੀ ਸਿੱਖ ਸੰਗਤ ਨੂੰ ਮੈਸੇਜ ਦੇ ਕੇ ਇਕੱਤਰ ਕਰ ਸਕਣ। ਅਤੇ ਹੁਣ ਤੁਸੀਂ ਦੇਖਿਆ ਹੋਣਾ ਕਿ ਦਰਬਾਰ ਸਾਹਿਬ ਦੇ ਉਹੀ ਨਚਾਰਾਂ ਦੇ ਬੁੱਤਾਂ ਦੇ ਸਾਹਮਣੇ ਉਹਨਾਂ ਨੇ ਧਰਨਾ ਲਗਾਇਆ ਹੋਇਆ ਤਾਂ ਕਿ 30 ਤਰੀਕ ਦਾ ਅਲਟੀਮੇਟ ਦਿੱਤਾ ਹੈਗਾ, ਅਗਰ 30 ਤਰੀਕ ਤੱਕ ਉਹ ਕੋਈ ਐਕਸ਼ਨ ਨਹੀਂ ਲੈਂਦੇ ਤਾਂ ਅੱਗੇ ਕੌਮ ਖੁਦ ਸੋਚੇਗੀ ਕਿ ਅਸੀਂ ਕੀ ਕਰਨਾ। ਵਿਚਾਰ ਚੰਗੇ ਲੱਗੇ ਹੋਣ ਤਾਂ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਪੇਸ਼ ਕਰੋ, ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।